ਜਸਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਨਸ਼ਿਆਂ ਤੇ ਬੈਠਕਾਂ ਹੋ ਰਹੀਆਂ ਤੇ ਇਹਨਾਂ ਬੈਠਕਾਂ ਦੇ ਵਿਚਾਲੇ ਸਿਆਸਤ ਵੀ ਹੋ ਰਹੀ ਹੈ। ਮੁੰਡੇ ਮਰ ਰਹੇ ਆ, ਜਵਾਨੀ ਆ ਜਿਹੜੀ ਗਲਤਾਨ ਹੋ ਰਹੀ ਹੈ ਨਸ਼ੇ ਦੇ ਵਿੱਚ, ਇਸ ਦੇ ਵਿਚਾਲੇ ਸਰਕਾਰੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰੀ ਸਾਂਝ ਦਾ ਇਹ ਪਲਾਨ ਹੈ ਕਿੰਨਾ ਕਾਮਯਾਬ ਹੋਵੇਗਾ, ਸਵਾਲ ਉਸ 'ਤੇ ਵੀ ਹੈਗੇ ਆ ਅਤੇ ਸਵਾਲ ਇਹ ਵੀ ਹੈਗੇ ਆ ਜਿਹੜੀਆਂ ਬੈਠਕਾਂ ਹੋ ਰਹੀਆਂ, ਕੇਂਦਰ ਸਰਕਾਰ ਉਹਨਾਂ ਬੈਠਕਾਂ ਨੂੰ ਕਿੰਨਾ ਸੁਣੇਗੀ, ਕਿੰਨਾ ਸਮਝੇਗੀ, ਬਹੁਤ ਸਾਰੇ ਸਵਾਲ ਹੈਗੇ ਆ ਅਤੇ ਤੁਹਾਨੂੰ ਦੱਸਾਂਗੇ ਵੀ ਪੂਰਾ ਮੁੱਦਾ ਹੈ ਕੀ ਆ ਅਤੇ ਸਵਾਲ ਕਿਉਂ ਪੁੱਛਾਂਗੇ। ਨਸ਼ਿਆਂ ਖਿਲਾਫ਼ ਸਾਂਝ ਕਿੰਨੀ ਕਾਮਯਾਬ। ਨਸ਼ਿਆਂ ਵਿਰੁੱਧ ਸਰਕਾਰੀ ਸਾਂਝ ਹੈ ਅਤੇ ਇਸ ਲਈ ਅੱਜ ਬਹਿਸ ਕਰਨੀ ਪੈ ਰਹੀ ਹੈ। ਨਸ਼ਿਆਂ ਦੀ ਸਮੱਸਿਆ, ਚੁਣੌਤੀਆਂ ਅਤੇ ਰਣਨੀਤੀ ਦੇ ਦੂਜੀ ਖੇਤਰੀ ਕਾਨਫਰੰਸ ਹੋਈ ਹੈ ਚੰਡੀਗੜ੍ਹ ਦੇ ਵਿੱਚ। ਉੱਤਰੀ ਭਾਰਤ ਦੇ 6 ਸੂਬਿਆਂ ਸਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ, ਚੰਡੀਗੜ੍ਹ ਦੇ ਨੁਮਾਇੰਦੇ ਸ਼ਾਮਲ ਹੋਏ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨੇ 5 ਸੂਬਿਆਂ ਦੇ ਮੁੱਖ ਮੰਤਰੀ ਇੱਥੇ ਪਹੁੰਚੇ ਆ। ਬੈਠਕ 'ਚ ਪਾਕਿਸਤਾਨ ਵੱਲੋਂ ਨਾਰਕੋ ਟੈਰਰਿਜ਼ਮ ਯਾਨੀ ਕਿ ਨਸ਼ਾ ਅੱਤਵਾਦ ਫੈਲਾਉਣ 'ਤੇ ਚਿੰਤਾ ਪ੍ਰਗਟਾਈ ਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੰਤਰਰਾਜੀ ਸਰਹੱਦਾਂ 'ਤੇ ਸਾਂਝੀ ਕਾਰਵਾਈ ਦਾ ਮਤਾ ਰੱਖਿਆ। ਕੌਮੀ ਡਰੱਗ ਨੀਤੀ ਲਈ ਭਾਰਤ ਸਰਕਾਰ 'ਤੇ ਜ਼ੋਰ ਪਾਉਣ ਲਈ ਦੂਜੇ ਸੂਬਿਆਂ ਦਾ ਸਾਥ ਮੰਗਿਆ ਜਿਹੜੇ ਬੈਠਕ ਵਿੱਚ ਪਹੁੰਚੇ ਨੇ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿੱਚ ਵੀ ਨਸ਼ਾ ਦਾ ਮੁੱਦਾ ਚੁੱਕਿਆ। ਬਾਜਵਾ ਨੇ ਅੰਮ੍ਰਿਤਸਰ ਵਿੱਚ ਨਸ਼ਾ ਤਸਕਰ ਗੁਰਪਿੰਦਰ ਦੀ ਹਿਰਾਸਤੀ ਮੌਤ 'ਤੇ ਵੀ ਸਵਾਲ ਚੁੱਕਿਆ। ਇਹਦਾ ਮਤਲਬ ਇਹੀ ਬਣਦਾ ਹੈ ਕਿ ਉਹਨਾਂ ਨੇ ਆਪਦੀ ਸਰਕਾਰ ਨੂੰ ਹੀ ਘੇਰਾ ਪਾਇਆ। ਸਵਾਲ ਕਿਉਂ ਪੁੱਛਾਂਗੇ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਨਸ਼ਿਆਂ ਖਿਲਾਫ਼ ਉੱਤਰੀ ਭਾਰਤ ਦੇ ਸੂਬਿਆਂ ਦਾ ਮੰਥਨ ਕੇਂਦਰ ਸਰਕਾਰ ਕਿੰਨਾ ਮੰਨੇਗੀ, ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਸਤਿੰਦਰ ਸਿੰਘ ਬੈਂਸ, ਲੰਬਾ ਤਜਰਬਾ ਬੈਂਸ ਸਾਹਿਬ ਦਾ, ਅਤੇ ਬੈਂਸ ਸਾਹਿਬ ਨੂੰ ਪਤਾ ਹੈਗਾ ਕਿ ਬੈਠਕਾਂ ਵਿੱਚੋਂ ਕੀ ਨਿਕਲਦਾ ਹੈਗਾ ਅਤੇ ਸਰਕਾਰੀ ਸਾਂਝ ਜਿਹੜੀ ਪੈਂਦੀ ਹੈਗੀ ਆ ਉਸ ਦੇ ਵਿੱਚ ਕਿਹੜੇ ਕਿਹੜੇ ਸਮਝੌਤੇ ਹੁੰਦੇ ਆ ਅਤੇ ਕੇਂਦਰ ਸਰਕਾਰ ਕਿੰਨਾ ਸੁਣਦੀ ਹੈ, ਕਿੰਨਾ ਸਮਝਦੀ ਹੈ, ਬੈਂਸ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੈਂਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਾਨ ਸਿੰਘ, ਸਾਬਕਾ DIG ਪੰਜਾਬ ਪੁਲਿਸ, ਇਹ ਸਾਡਾ ਮੌਜੂਦ ਰਹਿਣਗੇ। ਮਾਨ ਸਿੰਘ ਹਰਾਂ ਦਾ ਲੰਬਾ ਤਜਰਬਾ ਪੰਜਾਬ ਪੁਲਿਸ ਦੇ ਵਿੱਚ, ਇਹਨਾਂ ਸੇਵਾ ਨਿਭਾਈ ਆ, 7 ਜ਼ਿਲ੍ਹਿਆਂ ਦੇ SSP ਰਹੇ ਆ, ਇਹਨਾਂ ਨੂੰ ਪਤਾ ਹੈਗਾ ਕਿ ਪੰਜਾਬ ਪੁਲਿਸ ਦਾ ਰੋਲ ਆ ਜਿਹੜਾ ਉਹ ਕਿੰਨਾ ਅਹਿਮ ਹੈਗਾ ਅਤੇ ਜਿਹੜੇ ਅੰਤਰਰਾਜੀ ਸਰਹੱਦਾਂ ਹੈਗੀਆਂ ਉਹਨਾਂ ਰੋਲ ਕਿੰਨਾ ਅਹਿਮ ਹੈ ਅਤੇ ਕੌਮਾਂਤਰੀ ਸਰਹੱਦਾਂ ਦਾ ਰੋਲ ਕੀ ਹੁੰਦਾ। ਮਾਨ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂ। ਮਾਨ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਸਤਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾ ਰਹੇ ਆ। ਗਿੱਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਇਹਨਾਂ ਦੀ ਸਾਂਝ ਹੈ ਕਿ ਕੇਂਦਰ ਸਰਕਾਰ ਇਸ ਸਾਂਝ ਨੂੰ ਕਿੰਨਾ ਸਮਝੇਗੀ ਅਤੇ ਨਸ਼ਿਆਂ ਵਿਰੁੱਧ ਜਿਹੜੀ ਲੜਾਈ ਹੈਗੀ ਆ ਉਸ 'ਤੇ ਕੇਂਦਰ ਸਰਕਾਰ ਕਿੰਨਾ ਸਾਥ ਦੇਵੇਗੀ। ਸਤਿੰਦਰ ਸਿੰਘ ਗਿੱਲ ਤੁਹਾਡਾ ਬਹੁਤ ਸਵਾਗਤ ਹੈ। ਗਿੱਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਕਬਾਲ ਸਿੰਘ, ਆਮ ਆਦਮੀ ਪਾਰਟੀ ਬੁਲਾ ਰਹੇ। ਇਕਬਾਲ ਸਿੰਘ ਹਰਾਂ ਦੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਹੈਗੀ ਹੈ ਅਤੇ ਦਿੱਲੀ ਵੀ ਇਹਨਾਂ ਬੈਠਕਾਂ ਦੇ ਵਿੱਚ ਹਿੱਸਾ ਲੈਂਦਾ ਅਤੇ ਦਿੱਲੀ ਦੇ ਵਿੱਚ ਡਰੱਗ ਦਾ ਕੀ ਹਾਲ ਹੈਗਾ ਅਤੇ ਦਿੱਲੀ ਦੇ ਵਿੱਚ ਜਿਹੜੀ ਨੀਤੀ ਬਣਾਈ ਜਾਂਦੀ ਹੈਗੀ ਆ ਕੇਂਦਰ ਸਰਕਾਰ ਉਹ ਕਿੰਨਾ ਇੰਪਲੀਮੈਂਟ ਕਰਦੀ ਹੈ ਅਤੇ ਜੋ 7 ਸੂਬਿਆਂ 8 ਸੂਬਿਆਂ ਦੀ ਬੈਠਕ ਹੁੰਦੀ ਹੈ ਉਸ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਕੀ ਰਹੇਗੀ। ਇਕਬਾਲ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਕਬਾਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਸਤਿੰਦਰ ਗਿੱਲ ਤੁਹਾਨੂੰ ਕਰਨਾ ਚਾਹੂੰਗਾ। ਸਤਿੰਦਰ ਗਿੱਲ, ਕੈਪਟਨ ਅਮਰਿੰਦਰ ਸਿੰਘ ਜਿਹੜੀ ਮੰਗ ਕਰ ਰਹੇ ਹੈਗੇ ਆ ਕਿ ਕੌਮੀ ਡਰੱਗ ਨੀਤੀ ਬਣਾਈ ਜਾਵੇ, ਦੂਜੇ ਸੂਬਿਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ, ਅਕਾਲੀ ਦਲ ਕਿੰਨਾ ਸਾਥ ਦੇਵੇਗਾ? ਇਹ ਦੇਖੋ, ਪਾਲਿਸੀ ਜੇ ਕੋਈ ਹੁੰਦੀ ਹੈ ਉਹਦੇ ਅਗੇਂਸਟ ਜਾਣ ਦਾ ਤਾਂ ਸਾਡਾ ਕੋਈ ਮਨਸ਼ਾ ਨਹੀਂ ਹੈਗੀ। ਅੱਛੀ ਗੱਲ ਹੈ ਸੈਂਟਰ ਵੱਲੋਂ ਜੇ ਕੋਈ ਪਾਲਿਸੀ ਆ ਜਾਵੇ, ਬਟ ਗੱਲ ਇਹ ਵੀ ਉਸ ਪਾਲਿਸੀ ਦੀ, ਕਿਉਂਕਿ ਜੀਓਗ੍ਰਾਫਿਕਲੀ ਜਿਹੜੀ ਪੰਜਾਬ ਸਟੇਟ ਹੈ ਨਾ, ਇਹਦਾ ਬਾਕੀ ਸਟੇਟਸ ਨਾਲੋਂ ਡਿਫਰੈਂਟ ਆ, ਉਹਨਾਂ ਦੀ ਸਿਚੁਏਸ਼ਨ ਡਿਫਰੈਂਟ ਹੈ, ਇਹਦੀ ਪਲੇਸਮੈਂਟ ਜਿਹੜੀ ਹੈ ਬੜੀ ਵਿਲੱਖਣ ਆ ਉਹਨਾਂ ਨਾਲੋਂ। ਗੇਟਵੇ ਆਫ ਡਰੱਗਸ ਹੈ ਪੰਜਾਬ, ਬਾਰਡਰ ਸਟੇਟ ਹੈ, ਇਹਦੇ 'ਚ ਜਿਹੜੇ ਇਹਨਾਂ ਨੇ ਕਹਿੰਦੇ ਵੀ ਨਵਾਂ ਕੋਈ ਲਾਅ ਲਿਆਉਣਾ ਜਾਂ ਉਹ ਥੋੜ੍ਹਾ ਡਿਫਰੈਂਟ ਰਹੇਗਾ। ਪੰਜਾਬ ਵਿੱਚ ਉਹਦੀ ਇੰਪਲੀਮੈਂਟੇਸ਼ਨ ਆ ਉਹ ਬਾਕੀ ਸਟੇਟਸ ਨਾਲੋਂ ਡਿਫਰੈਂਟ। ਨਸ਼ਿਆਂ ਦੇ ਮੁੱਦੇ 'ਤੇ ਅੰਦਰੂਨੀ ਨਾਕਾਮੀ ਹੈ ਜਾਂ ਅੰਦਰੂਨੀ ਨਾਕਾਮੀ ਤਾਂ ਸਟੇਟ ਦੀਆਂ ਹੁੰਦੀਆਂ ਹੀ ਨੇ ਜੀ, ਇਹ 'ਚ ਕੋਈ ਸ਼ੱਕ ਨਹੀਂ। ਤੁਹਾਡੇ ਵੇਲੇ ਵੀ ਸੀ, ਹੁਣ ਵੀ ਹੈ? ਬਿਲਕੁਲ, ਨਾਕਾਮੀਆਂ ਹੁੰਦੀਆਂ। ਸਾਡੇ ਵੇਲੇ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਬੇਵਸ ਨਹੀਂ ਰਹੇ, ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਬਟ ਜਿਹੜੀ ਉਮੀਦ ਲੋਕਾਂ ਨੂੰ ਇਸ ਸਰਕਾਰ ਤੋਂ ਸੀ, ਇਹਨਾਂ ਨੇ ਕੰਟਰੋਲ ਨਹੀਂ, ਸਗੋਂ ਐਸਕਲੇਟ ਹੋ ਗਈ ਉਹ ਪ੍ਰੋਬਲਮ ਸਾਰੀ। ਉਹ ਨਾਰਕੋ ਟੈਰਰਿਜ਼ਮ ਦਾ ਜਿਹੜਾ ਸੈਂਟਰ ਦਾ ਬਿਆਨ ਆਇਆ, ਇਹ ਬੜਾ ਸੀਰੀਅਸ ਲੈਣ ਵਾਲਾ ਹੈ। ਐਂਡ ਗੁਰਪਿੰਦਰ ਦੀ ਜਿਹੜੀ ਜੁਡੀਸ਼ੀਅਲ ਕਸਟਡੀ 'ਚ ਮੌਤ ਹੁੰਦੀ ਹੈ KP ਜੀ, ਇਹ ਬੜਾ ਵੱਡਾ ਇੱਕ ਨਾਰਕੋ ਟੈਰਰਿਜ਼ਮ ਨੇ ਆਪਣੀ ਐਗਜ਼ਿਸਟੈਂਸ ਦਾ ਸਬੂਤ ਦਿੱਤਾ, ਇਹ ਬੜਾ ਸੀਰੀਅਸ ਇਸ਼ੂ ਹੈ। ਨਾਰਕੋ ਟੈਰਰਿਜ਼ਮ ਦੀ ਵਜ੍ਹਾ ਕਰਕੇ ਗੁਰਪਿੰਦਰ ਦੀ ਮੌਤ ਹੋਈ ਹੈ? ਯੈਸ, ਗੁਰਪਿੰਦਰ ਦਾ ਮੌਤ ਹੋਈ ਹੈ, ਗੁਰਪਿੰਦਰ ਦਾ ਕਤਲ ਕੀਤਾ ਗਿਆ। ਮੈਂ ਤਾਂ ਆਪ ਬਿਲਕੁਲ, ਕਤਲ ਹੈ, ਬਿਲਕੁਲ ਕਤਲ, ਸ਼ੱਕ ਪੈਦਾ ਹੁੰਦਾ, ਇੰਟਰਨਲ ਬਲੀਡਿੰਗ ਹੋਈ ਹੈ, ਪੋਸਟਮਾਰਟਮ 'ਚ ਇਹ ਰਿਪੋਰਟ ਆਈ ਹੈ। ਇਕਬਾਲ ਸਿੰਘ, ਆਮ ਆਦਮੀ ਪਾਰਟੀ ਇਸ ਮੰਥਨ 'ਤੇ ਕੀ ਸੋਚਦੀ ਹੈ? ਦੇਖੋ ਜੀ, ਇਹ ਡੰਗ ਟਪਾਊ ਗੱਲਾਂ ਹੈ, ਇਹਨਾਂ 'ਚੋਂ ਨਿਕਲਣਾ ਕੁਛ ਨਹੀਂ ਹੈ, ਜੋ ਮਰਜ਼ੀ ਕਰੀ ਜਾਣ। ਅਤੇ ਡੰਗ ਟਪਾਊ 'ਚ ਤੁਸੀਂ ਵੀ ਸ਼ਾਮਿਲ ਹੋ ਰਹੇ ਹੋ? ਨਹੀਂ, ਅਸੀਂ ਸ਼ਾਮਿਲ ਨਹੀਂ, ਅਸੀਂ ਤਾਂ ਰੌਲਾ ਪਾਉਣ ਵਾਲਿਆਂ 'ਚ ਹੈ, ਅਸੀਂ ਰੌਲਾ ਪਾਈ ਜਾਣਾ, ਬਾਕੀ ਲੋਕ ਜਾਗਰੂਕ ਹੋ ਵੀ ਰਹੇ ਹੈ। ਹੁਣ ਗੱਲ ਇਹ ਹੈ ਵੀ ਇਹਨਾਂ ਨੇ ਗੁਟਕਾ ਸਾਹਿਬ ਦੀ ਕਸਮ ਚੱਕੀ ਸੀ,
ਤੇ ਹੁਣ ਉਹ ਆਪਣੀ ਕਸਮ ਤੇ ਆਪ ਨੇ ਜੀ ਇਕਬਾਲ ਸਿੰਘ ਜੀ ਸਿੱਧਾ ਤੁਸੀਂ ਉਹ ਸਿਆਸਤ ਆਏ ਨੇ ਦਿੱਲੀ ਵਿੱਚ ਤੁਹਾਡੀ ਸਰਕਾਰ ਹੈ ਤੁਹਾਡੀ ਪਾਰਟੀ ਦੀ ਉਹ ਇਸ ਬੈਠਕ ਵਿੱਚ ਸ਼ਾਮਲ ਹੋ ਰਹੀ ਹੈ ਉਹ ਡੰਗ ਟਪਾ ਰਹੀ ਹੈ ਨਹੀਂ ਦੇਖੋ ਜੇ ਕਿਸੇ ਚੰਗੇ ਕੌਜ ਵਾਸਤੇ ਕੋਈ ਮੀਟਿੰਗ ਕਰਦੇ ਹਾਂ ਤਾਂ ਅਸੀਂ ਕਿਉਂ ਨਹੀਂ ਆਉਂਗੇ ਸੁਝਾਅ ਤਾਂ ਅਸੀਂ ਦੇਣੇ ਆ ਨਾ ਆਪਣੇ ਜੇ ਸੁਝਾਅ ਨੂੰ ਮੰਨਣਾ ਤਾਂ ਸਰਕਾਰ ਪੰਜਾਬ ਦੀ ਨੇ ਕਿਉਂਕਿ ਮੁੰਡੇ ਸਾਡੇ ਨੌਜਵਾਨ ਪੰਜਾਬ 'ਚ ਮਰ ਰਹੇ ਦਿੱਲੀ ਨਹੀਂ ਮਰ ਰਹੇ ਇਸ ਕਰਕੇ ਜਿੱਥੇ ਮੌਤਾਂ ਹੋ ਰਹੀਆਂ ਗੱਲ ਉਸ ਸਟੇਟ ਦੀ ਆਪਾਂ ਨੂੰ ਕਰਨੀ ਪਊਗੀ ਨਾ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਜਾਂ ਤਾਂ ਤੁਹਾਡਾ ਲਾਅ ਐਂਡ ਆਰਡਰ ਐਡਾ ਮਜ਼ਬੂਤ ਹੋਵੇ ਵੀ ਤੁਹਾਡੀ ਹਰੇਕ ਬੰਦੇ ਤੱਕ ਇੰਟੈਲੀਜੈਂਸੀ ਜਿਹੜੀ ਉਹ ਪਹੁੰਚ ਰੱਖਦੀ ਹੋਵੇ ਤਾਂ ਇਹ ਰੁਕ ਸਕਦਾ ਜਾਂ ਫਿਰ ਤੁਹਾਡੇ ਲੋਕ ਜਿਹੜੇ ਹੈਗੇ ਉਹ ਇੰਨੇ ਜਾਗਰੂਕ ਹੋਣ ਵੀ ਨਸ਼ੇ ਨੂੰ ਕੰਜ਼ਿਊਮ ਹੋਣ ਤੋਂ ਡਰ ਨਾ ਹੋ ਉਹਨਾਂ ਦੇ ਮਾਂ ਬਾਪਾਂ ਦੀ ਜਾਂ ਸਕੂਲਾਂ ਦੀ ਟ੍ਰੇਨਿੰਗ ਬੱਚਿਆਂ ਨੂੰ ਇਹੋ ਜਿਹੀ ਹੋਵੇ ਵੀ ਉਹ ਨਸ਼ੇ ਤੋਂ ਹੱਥ ਲਾਉਣ ਤੋਂ ਵੀ ਡਰਨ ਇਹੋ ਜਿਹੇ ਉਹਨਾਂ ਨੂੰ ਤੁਹਾਡਾ ਸਿੱਖਿਆ ਤੰਤਰ ਹੈ ਜਿਹੜਾ ਇਹੋ ਜਿਹਾ ਹੋਵੇ ਤੁਹਾਡਾ ਦੋਨੋਂ ਚੀਜ਼ਾਂ ਫੇਲ ਹੈਗੀਆਂ ਲਾਅ ਐਂਡ ਆਰਡਰ ਵੀ ਫੇਲ ਹੈ ਤੁਹਾਡਾ ਸਿੱਖਿਆ ਤੰਤਰ ਵੀ ਫੇਲ ਹੈ ਇੱਥੋਂ ਦਾ ਜਿਹੜਾ ਥੋੜ੍ਹਾ ਬਹੁਤ ਪ੍ਰਾਈਵੇਟ 'ਚ ਅਗਲਾ ਪੜ੍ਹਾ ਦਿੰਦਾ ਉਹ ਬਾਹਰ ਨੂੰ ਭੇਜ ਦਿੰਦਾ ਬੱਚੇ ਨੂੰ ਇੱਥੇ ਤਾਂ ਡਰਦੇ ਲੋਕ ਹੁਣ ਨੌਜਵਾਨਾਂ ਨੂੰ ਰੱਖਣ 'ਤੇ ਇੱਕ ਪੀੜ੍ਹੀ ਸਾਡੀ ਖਾੜਕੂਵਾਦ ਨੇ ਖਾ ਲਈ ਦੂਜੀ ਨਸ਼ਿਆਂ ਨੇ ਖਾ ਲੈਣੀ ਇਸ ਕਰਕੇ ਇੱਥੇ ਕਿਸੇ ਸਰਕਾਰਾਂ ਨੂੰ ਚਿੰਤਾ ਚੁੰਤਾ ਨਹੀਂ ਹੈ ਗੱਲ ਤਾਂ ਇਹ ਹੈ ਵੀ ਇਹਨਾਂ ਦੀ ਇੱਛਾ ਸ਼ਕਤੀ ਕਿਉਂ ਨਹੀਂ ਹੈਗੀ ਠੀਕ ਹੈ ਇੱਛਾ ਸ਼ਕਤੀ ਦਾ ਸਵਾਲ ਹੈਗਾ ਸਤਿੰਦਰ ਬੈਂਸ ਜੀ ਇੱਛਾ ਸ਼ਕਤੀ ਦੇ ਸਵਾਲ ਚੁੱਕੇ ਜਾ ਰਹੇ ਹੈਗੇ ਆ ਇੱਛਾ ਸ਼ਕਤੀ ਦੇ ਮਾਮਲੇ ਦੇ ਵਿੱਚ ਜਦੋਂ ਹੁਣ ਇਹ ਬੈਠਕਾਂ ਕੀਤੀਆਂ ਜਾ ਰਹੀਆਂ ਇਸ ਇਹਨਾਂ ਬੈਠਕਾਂ ਦਾ ਕੋਈ ਮਤਲਬ ਤਾਂ ਹੈ ਕਿ ਨਹੀਂ ਹੈ ਅਸੀਂ ਬਿਲਕੁਲ ਬਿਲਕੁਲ ਤਾਂ ਨਹੀਂ ਪਾਸੇ ਕਰ ਸਕਦੇ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਮੇਰੇ ਮੁਤਾਬਕ ਤਾਂ ਇਹ ਸਿਰਫ ਜਿਹੜੀ ਡਾਇਵਰਟ ਕਰਨ ਵਾਸਤੇ ਟੈਨਸ਼ਨ ਲੋਕਾਂ ਦੀ ਇਦਾਂ ਦੀ ਜਿਹੜੀ ਐਕਸਰਸਾਈਜ਼ ਕੀਤੀ ਜਾਂਦੀ ਆ ਇਹਦਾ ਕੋਈ ਪ੍ਰੈਕਟੀਕਲ ਜਿਹੜੀ ਹੈ ਉਹ ਇੰਪਲੀਮੈਂਟੇਸ਼ਨ ਨਹੀਂ ਹੋਈ ਪਹਿਲਾਂ ਵੀ ਇਹਨਾਂ ਨੇ ਲਾਸਟ ਈਅਰ ਵੀ ਜਦੋਂ ਮੀਟਿੰਗ ਕੀਤੀ ਸੀਗੀ ਉਦੋਂ ਹਰਿਆਣਾ ਪੰਜਾਬ ਅਤੇ ਰਾਜਸਥਾਨ ਵਗੈਰਾ ਸਟੇਟਾਂ ਆਈਆਂ ਸੀਗੀਆਂ ਉਦੋਂ ਇਹਨਾਂ ਨੇ ਡਿਸੀਜ਼ਨ ਲਿਆ ਸੀ ਪੰਚਕੂਲੇ ਦੇ ਵਿੱਚ ਅਸੀਂ ਸੈਕਟਰੀਏਟ ਬਣਾਵਾਂਗੇ ਪਰ ਉਹ ਅੱਜ ਤੱਕ ਨਹੀਂ ਉੱਥੇ ਕੋਈ ਸੈਕਟਰੀਏਟ ਬਣਿਆ ਕੋਈ ਇਕੱਠਾ ਜਿਹੜੇ ਜੁਆਇੰਟ ਓਪਰੇਸ਼ਨ ਇਹ ਕਰਨ ਉਦੋਂ ਉਹ ਠੀਕ ਹੈ ਕਿ SSP ਲੈਵਲ ਦੇ ਉੱਤੇ ਕੋਆਰਡੀਨੇਸ਼ਨ ਜ਼ਰੂਰ ਕਈ ਕੇਸਾਂ 'ਚ ਹੁੰਦੀ ਹੈ ਪਰ ਇਹੋ ਜਿਹਾ ਕੋਈ ਮੈਕਾਨਿਜ਼ਮ ਨਹੀਂ ਪੈਦਾ ਕੀਤਾ ਗਿਆ ਬਾਕੀ ਇਹਨਾਂ ਦੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਪੋਲੀਟੀਸ਼ੀਅਨ ਜਿਹੜੇ ਆ ਨਾ ਉਹ ਆਪ ਡਰੱਗਸ ਦੇ ਵਿੱਚ ਇਨਵੋਲਵ ਹੋ ਜਾਣ ਆਪ ਵਪਾਰੀ ਬਣ ਜਾਣ ਉਦੋਂ ਫਿਰ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਂਦੀ ਹੈ ਹੁਣ ਜਦੋਂ ਮੈਂ ਬੜੀ ਵਾਰੀ ਪਹਿਲਾਂ ਵੀ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ ਹਰਪ੍ਰੀਤ ਸਿੰਘ ਸਿੱਧੂ ਨੂੰ STF ਦਾ ਲਾਇਆ ਜਦੋਂ DGP ਉਦੋਂ ਇਹਨਾਂ ਨੇ ਇੰਸਪੈਕਟਰ ਫੜਿਆ ਇੰਦਰਜੀਤ ਸਿੰਘ ਕਪੂਰਥਲੇ ਉਹਦੇ ਕੇਸ ਦੇ ਵਿੱਚ ਉਹਦੀ ਇੰਟੈਰੋਗੇਸ਼ਨ ਹੋਈ ਉਹਦੇ 'ਚ SSP ਦੇ ਇੱਕ ਦੋ ਦੇ ਨਾਂ ਆਏ ਉਹ 'ਚ ਦਿਨਕਰ ਗੁਪਤਾ ADGP ਹੈ ਇਹਦਾ ਵੀ ਨਾਂ ਆਇਆ ਔਰ ਜਿਹੜੀ ਹਾਈ ਕੋਰਟ 'ਚ ਰਿਪੋਰਟ ਸਬਮਿਟ ਕੀਤੀ ਆ ਉਹਦੀਆਂ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਔਰ ਉਹ ਤੋਂ ਬਾਅਦ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜੀ ਗੱਲ ਪਾ ਕੇ ਪੋਲੀਟੀਸ਼ਨਾਂ ਤੱਕ ਪਹੁੰਚਣ ਲੱਗੀ ਹੈ ਉਹਦੇ 'ਚ ਇਵਨ ਜਿਹੜੀਆਂ ਰਾਜਜੀਤ ਸਿੰਘ SSP ਮੋਗਾ ਸੀਗਾ ਉਦੋਂ ਔਰ ਇੰਦਰਜੀਤ ਸਿੰਘ ਸੀਗਾ ਇਹਨਾਂ ਦੀਆਂ ਪੋਸਟਿੰਗਾਂ ਅਕਾਲੀ ਦਲ ਦੇ ਟਾਈਮ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਉਹ ਕਰਦੇ ਰਹੇ ਆ ਉਹ ਕਿਉਂ ਹੁੰਦੀਆਂ ਰਹੀਆਂ ਜਿੱਥੇ ਰਾਜਜੀਤ ਨੇ ਜਾਣਾ ਉੱਥੇ ਨਾਲ ਇੰਸਪੈਕਟਰ ਵੀ ਜਾ ਰਿਹਾ ਔਰ ਬਹੁਤ ਸਾਰੇ ਉਦੋਂ ਦੇ ਕੇਸ ਹੈ ਇਹ ਵੀ ਹਾਈ ਕੋਰਟ ਦੀ ਰਿਪੋਰਟ 'ਚ ਲਿਖਿਆ ਸੀਗਾ ਹਰਪ੍ਰੀਤ ਸਿੰਘ ਸਿੱਧੂ ਨੇ ਬਹੁਤ ਸਾਰੇ ਜਿਹੜੇ ਡਰੱਗ ਸਮਗਲਰ ਹੈ ਉਹ ਇਸ ਕਰਕੇ ਛੁੱਟ ਗਏ ਕਿਉਂਕਿ ਇੰਦਰਜੀਤ ਨੇ ਚਲਾਨ ਨਹੀਂ ਪੇਸ਼ ਕੀਤੇ ਟਾਈਮ ਦੇ ਉੱਤੇ ਮਤਲਬ ਕਿ ਪ੍ਰੋਟੈਕਸ਼ਨ ਵੀ ਦਿੰਦੇ ਰਹੇ ਉਹਨਾਂ ਨੂੰ ਉਸ ਬੰਦੇ ਤੋਂ ਅੱਗੇ ਜਾ ਕੇ ਜਾਂਚ ਰੁਕੀ ਹਰਪ੍ਰੀਤ ਸਿੰਘ ਸਿੱਧੂ ਨੂੰ ਕਿਹਾ ਕਿ ਤੂੰ DGP ਨੂੰ ਰਿਪੋਰਟ ਕਰੇਗਾ ਔਰ ਦਿਨਕਰ ਗੁਪਤਾ ਜਿਹਦਾ ਨਾਂ ਉਸ ਵਕਤ ਆਇਆ ਸੀਗਾ ਉਹਨੂੰ ਮੁੜ ਕੇ ਤੁਸੀਂ DGP ਲਾ ਦਿੱਤਾ ਸੋ ਸਿਨਸੀਅਰਟੀ ਕਿੱਥੇ ਹੈ ਸਾਡੀ ਅਸੀਂ ਤਾਂ ਡਰੱਗਸ ਨੂੰ ਰੋਕਣਾ ਨਹੀਂ ਚਾਹੁੰਦੇ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਜਿਹੜੇ ਬੰਦੇ ਇਨਵੋਲਵ ਹੈਗੇ ਹਾਂ ਚਾਹੇ ਉਹ ਪੋਲੀਟੀਸ਼ੀਅਨ ਹੈ ਚਾਹੇ ਉਹ ਪੁਲਿਸ ਵਾਲੇ ਹਾਂ ਸੋ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹਾਂ ਅਸੀਂ ਉੱਦਾਂ ਦੇ ਕਾਨੂੰਨ ਬਣਾ ਦਿੰਦੇ ਹਾਂ ਸੋ ਇਸ ਕਰਕੇ ਇਹ ਆਸ ਰੱਖਣੀ ਕਿ ਇਹਦਾ ਕੋਈ ਮੰਤਵ ਕੋਈ ਰੋਕਣਾ ਹੈ ਉਹ ਮੈਨੂੰ ਨਹੀਂ ਲੱਗਦਾ ਸਿਰਫ ਅਟੈਨਸ਼ਨ ਇਨਵਰਟ ਕਰਨ ਵਾਸਤੇ ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਫਿਰ ਤਾਂ ਆਪਾਂ ਵੀ ਟਾਈਮ ਵੇਸਟ ਕਰ ਰਹੇ ਹਾਂ ਬਿਲਕੁਲ ਪੰਜਾਬ ਦੇ ਵਿੱਚ ਦੇਖੋ ਇੰਨਾ ਇਸ ਵਕਤ ਡਰੱਗਸ ਦਾ ਜਿਹੜਾ ਅਕਾਲੀ ਦਲ ਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਉਹਨਾਂ ਦਾ ਟਾਈਮ ਬਹੁਤ ਜ਼ਿਆਦਾ ਹੋਇਆ ਪਰ ਇਸ ਵਕਤ ਤਾਂ ਉਸ ਨਾਲੋਂ ਵੀ ਭੈੜੀ ਹਾਲਤ ਹੋਈ ਹੋਈ ਪਈ ਹੈ ਡਰੱਗਸ ਜਿਹੜੇ ਆ ਮਤਲਬ ਇੰਨੇ ਜ਼ਿਆਦਾ ਡਰੱਗਸ ਆ ਔਰ ਜਿਹੜੇ ਸਭ ਤੋਂ ਮਾੜੀ ਗੱਲ ਜਿਹੜੀ ਡੈਥਸ ਹੋ ਰਹੀ ਹੈ ਉਹ ਹੀਰੋਇਨ ਕਰਕੇ ਜਾਂ ਫੀਮ ਖਾਇਆ ਹੋਰ ਨਸ਼ਾ ਕਰਕੇ ਨਹੀਂ ਹੋ ਰਹੀਆਂ ਉਹ ਹੋ ਰਹੀਆਂ ਜਿਹੜੇ ਸਿੰਥੈਟਿਕ ਡਰੱਗਸ ਹੈ ਉਹਨਾਂ ਵਿੱਚ ਨਵੇਂ ਨਵੇਂ ਫਾਰਮੂਲੇ ਬਣਾ ਕੇ ਕੈਮੀਕਲ ਘੋਲ ਕੇ ਨਵੇਂ ਨਵੇਂ ਉਹ ਬਣਾ ਕੇ ਜਿਹੜੇ ਸਿੰਥੈਟਿਕ ਡਰੱਗਸ ਦੇ ਰਹੇ ਆ ਉਹਦੇ ਕਰਕੇ ਡੈਥਸ ਹੋ ਰਹੀਆਂ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਜਿਹੜੀ ਹੀਰੋਇਨ ਵੀ ਆਉਂਦੀ ਸੀ ਨਾ ਹੀਰੋਇਨ ਕੋਈ ਬਹੁਤ ਪਿਓਰ ਨਹੀਂ ਸੀ ਹੁੰਦੀ ਉਹਦੇ 'ਚ ਕੁਛ ਅੰਸ਼ ਜਿਹੜੇ ਆ 1-2% ਹੀਰੋਇਨ ਹੁੰਦੀ ਬਾਕੀ ਪਾਊਡਰ ਹੁੰਦਾ ਸੀਗਾ ਹੁਣ ਕੀ ਆ ਹੁਣ ਜਿਹੜੇ ਡਰੱਗਸ ਆ ਉਹਨਾਂ ਦਾ ਨਾ ਤਾਂ ਇਹਨਾਂ ਨੂੰ ਕੋਈ ਪਤਾ ਬਣਾਉਣੇ ਕਿਸ ਤਰ੍ਹਾਂ ਜਿਹੜੇ ਵੀ ਬੰਦੇ ਕਰ ਰਹੇ ਆ ਉਹ ਇੱਥੇ ਬਣਾ ਬਣਾ ਕੇ ਕੈਮੀਕਲ ਦੇ ਫਾਰਮੂਲੇ ਸਿੱਖ ਲਏ ਉਹ ਬਣਾ ਬਣਾ ਕੇ ਸਿੰਥੈਟਿਕ ਡਰੱਗ ਸਪਲਾਈ ਕਰ ਰਹੇ ਆ ਪੈਸਾ ਕਮਾ ਰਹੇ ਆ ਔਰ ਉਹਦੇ ਕਾਰਨ ਇਹ ਡੈਥਸ ਹੋ ਰਹੀਆਂ ਇਹਦੇ ਉੱਤੇ ਜਿਹੜੀ ਨੱਥ ਪਾਣੀ ਹੈ ਉਹ ਸਿਰਫ ਕਿਉਂ ਜਿਹੜਾ SHO ਏਰੀਏ ਦਾ ਉਹ ਉਹਨੂੰ ਰਿਸਪੋਂਸੀਬਲ ਕਰੋ ਕਿ ਜੇ ਭਾਈ ਜੇ ਤੂੰ ਤੇਰੇ ਏਰੀਆ 'ਚ ਫੜਿਆ ਜਾਂਦਾ ਤੂੰ ਕੱਲ੍ਹ ਨੂੰ ਡਿਸਮਿਸ ਆ ਡਿਸਮਿਸਲ ਕਰਨ ਸਸਪੈਂਸ਼ਨ ਕੋਈ ਸਜ਼ਾ ਨਹੀਂ ਹੈਗੀ ਦੋ ਤਿੰਨ ਐਗਜ਼ਾਮਪਲ ਦੋ ਤਿੰਨ ਐਗਜ਼ਾਮਪਲਾਂ ਪਹਿਲਾਂ ਕਰਨ ਜਿਵੇਂ ਆਪਾਂ ਖੇਤ ਦੇ ਵਿੱਚ ਆਪਣਾ ਕਾਂ ਮਾਰ ਕੇ ਟੰਗ ਦਿੰਦੇ ਹਾਂ ਨਾ ਵੀ ਇੱਥੇ ਹੋਰ ਕਾਂ ਨਾ ਆਉਣ ਉਹ ਕੰਮ ਕਰਨਾ ਪਊਗਾ ਤਾਂ ਇਹ ਰੁਕੂਗਾ ਨਹੀਂ ਰੁਕਣਾ ਬੈਂਸ ਸਾਹਿਬ ਜਿਹੜੀ ਇਹ ਪੈਟਰੋਲਿੰਗ ਦੀ
ਉਹਨੂੰ ਹੁਣ ਤੁਸੀਂ ਇੱਕ ਨਵਾਂ ਨਾਂ ਦੇ ਕੇ ਕਹੋ ਪੈਟਰੋਲਿੰਗ ਕਰਨੀ ਆ, ਆਲਰੇਡੀ ਨਾਕੇ ਆ, ਸਭ ਜਗ੍ਹਾ ਹੈ ਜਿੱਥੇ ਇਹਨਾਂ ਨੂੰ ਰਿਪੋਰਟ ਹੁਣ ਜਿਹੜੀ ਇਹ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਯੂਰਪ ਤੋਂ, ਪਤਾ ਨਹੀਂ ਨਾਈਜੀਰੀਆ ਤੋਂ ਕਿੱਥੋਂ ਕਿੱਥੋਂ ਆ ਰਹੀ ਹੈ ਡਰੱਗਸ। ਵੀ ਜੇ ਭਾਈ ਆ ਰਹੇ ਹੋ ਸੈਂਟਰ ਦੇ ਵਿਸ਼ਾ, ਪਹਿਲੀ ਗੱਲ ਤਾਂ ਤੁਹਾਡਾ ਸਬਜੈਕਟ ਨਹੀਂ ਹੈਗਾ, ਤੁਹਾਡਾ ਸਬਜੈਕਟ ਹੈਗਾ ਸਟੇਟ ਦੇ ਵਿੱਚ ਰੁਕਣਾ, ਠੀਕ ਹੈ। ਤੁਸੀਂ ਹੋਰ ਸਬਜੈਕਟ ਨੂੰ ਲੈ ਕੇ ਬਹਿਸ ਕਰ ਰਹੇ ਹੋ ਜਿਹੜਾ ਸਮਝ ਆ ਰਿਹਾ ਬੈਂਸ ਸਾਹਿਬ ਨੂੰ ਤੁਹਾਡੀਆਂ ਗੱਲਾਂ ਤੋਂ, ਆਪਦੀ ਨਾਕਾਮੀ ਛੁਪਾਉਣ ਦੇ ਲਈ ਕੇਂਦਰ ਵਾਲੀਆਂ ਗੱਲਾਂ ਇਸ ਏਜੰਡੇ ਦੇ ਵਿੱਚ ਵਿਚਾਰੀਆਂ ਜਾ ਰਹੀਆਂ, ਇਹੀ ਕਹਿਣਾ ਚਾਹ ਰਹੇ ਹੋ? ਬਿਲਕੁਲ ਬਿਲਕੁਲ। ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਬੈਂਸ ਸਾਹਿਬ ਨੇ ਸਵਾਲ ਚੁੱਕੇ ਆ ਪੁਲਿਸ 'ਤੇ ਅਤੇ ਪੋਲਿਟਿਕਸ 'ਤੇ। ਸਵਾਲ ਹੈਗਾ ਕਿ ਵੱਡੇ ਮਗਰਮੱਛ ਜਿਹੜੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਹੈਗਾ? ਜੇ ਨਸ਼ਾ ਤਸਕਰ ਕੋਈ ਫੜਿਆ ਗਿਆ ਹੈਗਾ ਉਹ ਸ਼ੱਕੀ ਮੌਤ ਹੋ ਜਾਂਦੀ ਹੈ ਉਹਦੀ, ਪਤਾ ਨਹੀਂ ਮਰਡਰ ਆ ਕਿ ਮੌਤ ਹੈਗੀ ਹੈ, ਇਸ ਨੂੰ ਵੀ ਸਮਝਣਾ ਜ਼ਰੂਰੀ ਹੈਗਾ। ਨਸ਼ਿਆਂ ਖਿਲਾਫ਼ ਸਾਂਝ ਕਿੰਨੀ ਕਾਮਯਾਬ ਹੈ? ਇਹ ਸਵਾਲ ਸਾਬਕਾ DIG ਮਾਨ ਸਿੰਘ ਹਰਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ। ਸਵਾਲ ਇੱਕੋ ਪੁੱਛ ਰਹੇ ਸੀ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਨਸ਼ਿਆਂ ਖਿਲਾਫ਼ ਉੱਤਰੀ ਭਾਰਤ ਦੇ ਸੂਬਿਆਂ ਦਾ ਮੰਥਨ ਕੇਂਦਰ ਸਰਕਾਰ ਕਿੰਨਾ ਮੰਨੇਗੀ? ਅਤੇ ਪਹਿਲਾਂ ਸਾਡਾ ਮੌਜੂਦ ਹੈਗਾ, ਪਰ ਇਸ ਸਭ ਦੇ ਵਿਚਾਲੇ ਕਾਂਗਰਸ ਦਾ ਕੋਈ ਨੁਮਾਇੰਦਾ ਅੱਜ ਕੱਲ੍ਹ ਡਿਬੇਟ ਵਿੱਚ ਸ਼ਾਮਲ ਨਹੀਂ ਹੋ ਰਿਹਾ ਗਾ, ਅਤੇ ਪਰ ਜੇ ਕਾਂਗਰਸ ਦਾ ਨੁਮਾਇੰਦਾ ਆਉਂਦਾ ਤਾਂ ਸ਼ਾਇਦ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਰਾਜ ਸਭਾ ਵਿੱਚ ਸਵਾਲ ਚੁੱਕੇ ਹੈਗੇ ਆ, ਇਹ ਬਹੁਤ ਮਹੱਤਵਪੂਰਨ ਹੈਗੇ ਆ। ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸੁਣ ਲਈਏ। ਜ਼ਿਆਦਾ ਧਿਆਨ ਆਜ ਗਵਰਨਮੈਂਟ ਆਫ ਇੰਡੀਆ ਕਾ ਕਸ਼ਮੀਰ ਕੀ ਤਰਫ, ਪੰਜਾਬ ਕੇ ਹਾਲਾਤ ਵੀ ਸਰ ਐਸੇ ਬਣ ਰਹੇ ਹੈ ਕਿ ਦੋ ਹੀ ਚੀਜ਼ ਆਪ ਦੇਖੀਏ ਸਰ, ਜਿਸ ਜੋ ਮੇਨ ਅਕਿਊਜ਼ ਥਾ, ਇੱਕ ਅੰਮ੍ਰਿਤਸਰ ਕਾ ਲੜਕਾ ਥਾ, ਇੱਕ ਕਸ਼ਮੀਰ ਕਾ ਥਾ, ਔਰ ਅੰਮ੍ਰਿਤਸਰ ਵਾਲਾ ਜੋ ਹੈ ਉਸੀ ਦਿਨ ਗ੍ਰਿਫਤਾਰ ਹੁਆ, 21 ਇਸ ਮਹੀਨੇ ਕੇ 21 ਜੁਲਾਈ ਕੋ ਉਸਕੀ ਅਚਾਨਕ ਇੰਟਰਨੈ ਜੋ ਸੈਂਟਰਲ ਜੇਲ ਹੈ ਅੰਮ੍ਰਿਤਸਰ ਉਸਮੇ ਡੈਥ ਹੋ ਗਈ। ਉਸਸੇ ਪਹਿਲੇ ਨਰਕੋਟਿਕਸ ਬਿਊਰੋ ਨੇ ਉਸਕੋ ਇੰਟਰੋਗੇਟ ਵੀ ਕੀਆ। ਇਤਨਾ ਇੰਪੋਰਟੈਂਟ ਜੋ ਵਿਟਨੈਸ ਥਾ, ਜੋ ਆਦਮੀ ਉਸ ਗੁਨਾਹ ਮੇਂ ਸ਼ਾਮਲ ਥਾ, ਉਸਕੋ ਕਿਸੀ ਆਈਸੋਲੇਸ਼ਨ ਮੇਂ ਰੱਖਣਾ ਚਾਹੀਏ ਥਾ, ਉਸਕੀ ਡੈਥ ਹੋ ਗਈ। ਪੰਜਾਬ ਮੇਂ ਸਰ ਦੋ ਚੀਜ਼ੇ ਹੋ ਰਹੀ, ਲਾਖੋਂ ਬੱਚੇ ਹਮਾਰੇ ਆਪਣੀ ਜ਼ਮੀਨੇ ਵੇਚ ਕਰ, ਘਰ ਵੇਚ ਕਰ, ਬੈਂਕੋਂ ਸੇ ਪੈਸੇ ਉਠਾ ਕਰ ਜਾਂ ਬਾਹਰਲੇ ਮੁਲਕੋਂ ਮੇਂ ਜਾ ਰਹੇ ਹੈ ਜਾਂ ਡਰੱਗ ਕਾ ਸ਼ਿਕਾਰ ਹੋ ਰਹੇ। ਮੈਂ ਸਾਰੇ ਦੇਸ਼ ਕਾ ਧਿਆਨ ਸਰ ਇਸ ਤਰਫ ਕਰਨਾ ਚਾਹਤਾ ਹੂੰ ਕਿ ਦੇਖੀਏ, ISIS ਜੋ ਵੋ ਇਰਾਕ ਸੇ ਉਖੇੜ ਦਿਆ ਗਿਆ ਹੈ ਬਾਈ ਨੈਟੋ ਫੋਰਸਿਸ। ਮਾਨ ਸਿੰਘ ਜੀ, ਮੈਂ ਸਵਾਲ ਸਿੱਧਾ ਇਹੀ ਪੁੱਛੂੰਗਾ ਜਿਹੜਾ ਬੈਂਸ ਸਾਹਿਬ ਨੇ ਸਵਾਲ ਚੁੱਕਿਆ ਹੈਗਾ, ਕਿ ਜਿਹੜੀ ਅੰਦਰ ਨਾਕਾਮੀ ਹੈਗੀ ਹੈ ਪੁਲਿਸ ਅਤੇ ਪੋਲੀਟੀਸ਼ਨਾਂ ਦਾ ਵਿੱਚ, ਜਿਹੜਾ ਆਪਸ ਵਿੱਚ ਨੈਕਸਸ ਹੈਗਾ, ਉਹ ਸਭ ਦੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਜਿਹੜਾ ਸਵਾਲ ਚੁੱਕਿਆ ਗੁਰਪਿੰਦਰ ਦੀ ਮੌਤ ਵਾਲਾ, ਇਹ ਸਭ ਦਾ ਆਪਸ ਵਿੱਚ ਕਨੈਕਸ਼ਨ ਹੈ? ਦੇਖੋ, ਜਿਹੜਾ ਇਹ ਡਰੱਗ ਮੈਟਰ ਹੈਗਾ ਨਾ, ਇਹ ਕਾਨਫਰੰਸਾਂ ਕਰਨ ਨਾਲ ਹੱਲ ਨਹੀਂ ਹੁੰਦਾ ਹੈਗਾ। ਇਹਦੇ 'ਚ ਤਾਂ ਸਵਾਲ ਇਹ ਹੈਗਾ ਵੀ ਤੁਹਾਡੀ ਜਿਹੜੀ ਲੋਕਲ ਪੁਲਿਸ ਹੈਗੀ ਹੈ, ਲੋਕਲ ਐਡਮਿਨਿਸਟ੍ਰੇਸ਼ਨ ਹੈਗਾ, ਔਰ ਸਪੈਸ਼ਲੀ ਲੋਅਰ ਜਿਹੜੀ ਆਫਿਸਰਸ ਹੈਗੇ ਨੇ SHO ਲੈਵਲਸ 'ਤੇ ਜਾਂ ਉੱਪਰ ਇੰਸਪੈਕਟਰ ਤੱਕ ਦੇ, ਇਫ ਦੇ ਆਰ ਵੈਰੀ ਸਟਰੋਂਗ ਇਨ ਦੇਅਰ ਪੁਲਿਸ ਸਟੇਸ਼ਨਸ ਔਰ SSP ਇਨ ਦੇਅਰ ਡਿਸਟ੍ਰਿਕਟਸ, ਅਤੇ ਇਹਦੇ ਨੂੰ ਇਹਨੂੰ ਠੱਲ ਪਾਈ ਜਾ ਸਕਦੀ ਹੈ। ਪਰ ਦਿੱਕਤ ਇਹਦੇ 'ਚ ਇਹ ਆ ਰਹੀ ਹੈਗੀ ਹੈ ਕਿ ਪੁਲਿਸ ਦੀ ਜਿਹੜੀ ਹੈਗੀ ਹੈ ਟਰਾਂਸਫਰਸ ਐਂਡ ਜ਼ਿਆਦਾਤਰ ਟਰਾਂਸਫਰਸ ਹੈਗੀਆਂ ਨੇ ਜਾਂ ਹੋਰ ਕੰਮਾਂ ਦੇ ਵਿੱਚ ਜਿਹੜੀ ਹੈਗੀ ਹੈ ਦਖਲਅੰਦਾਜ਼ੀ ਬਹੁਤ ਜ਼ਿਆਦਾ ਵੱਧ ਗਈ ਹੈ, ਪੁਲਿਸ ਨੂੰ ਵੀ ਪ੍ਰੋਪਰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਦੂਜੀ ਗੱਲ ਇਹ ਹੈ ਕਿ ਇਹ ਸਿੰਥੈਟਿਕ ਡਰੈਗ ਆ, ਤੁਸੀਂ ਇਹਨੂੰ ਇਕੱਲਾ ਪੁਲਿਸ ਦੀ ਇਹਨੂੰ ਨਾ ਕਾਮਯਾਬੀ ਨਹੀਂ ਹੈਗੀ ਇਹ, ਇਹਦੇ 'ਚ ਤੁਸੀਂ ਇਹ ਦੇਖੋ ਵੀ ਡਰੱਗ ਬਣਦੀ ਕਿੱਥੇ ਹੈ। ਸਾਡੇ ਇਹ ਖਾਨਾ ਪੂਰਤੀ ਕਰਦੇ ਕਿਤੋਂ 15 ਗ੍ਰਾਮ, ਕਿਤੋਂ 20 ਗ੍ਰਾਮ, ਉਹਦੇ ਜਦੋਂ ਕੈਮੀਕਲ ਐਗਜ਼ਾਮਿਨਰ ਆਉਂਦਾ ਤਾਂ ਤੁਸੀਂ ਰਿਪੋਰਟ ਦੇਖੋ ਕਿ 1 ਗ੍ਰਾਮ ਵੀ ਨਹੀਂ ਹੁੰਦੀ ਹੈਗੀ, ਆਹ ਨਹੀਂ ਹੁੰਦਾ, ਸੋਰਸ ਕਿਉਂ ਨਹੀਂ ਲੱਭਿਆ ਜਾਂਦਾ ਇਹਦਾ? ਉਹੀ ਗੱਲ ਹੈਗੀ ਆ ਕਿ ਜਿਸ ਵੇਲੇ ਅੱਗੇ ਸਾਡੇ ਵੇਲੇ ਜਦੋਂ ਕੇਸ ਰਜਿਸਟਰ ਹੁੰਦਾ ਸੀਗਾ, ਇੱਕ ਕੇਸ ਡਾਇਰੀ ਦੇ ਵਿੱਚ ਓਰੀਜਨ ਲਿਖਿਆ ਜਾਂਦਾ ਸੀਗਾ ਕਿ ਇਹਦਾ ਓਰੀਜਨ ਕਿੱਥੋਂ ਹੋਇਆ, ਉਸ ਬੰਦੇ ਨੂੰ ਫੜ ਕੇ ਇੰਟਰੋਗੇਸ਼ਨ ਸੈਂਟਰ ਭੇਜਿਆ ਜਾਂਦਾ ਸੀ ਕਿ ਤਾਂ ਕਿ ਅੱਗੇ ਤੋਂ ਅੱਗੇ ਲੀਡ ਚੱਲੇ ਵੀ ਇਹ ਕਿੱਥੋਂ ਆ ਰਿਹਾ, ਕਿਵੇਂ ਹੋ ਰਿਹਾ। ਬਟ ਉਹ ਹੁਣ ਸਿਰਫ ਖਾਨਾ ਪੂਰਤੀ ਜ਼ਿਆਦਾ ਹੋ ਰਹੀ ਹੈਗੀ ਆ ਕਿ ਕੇਸ ਰਜਿਸਟਰ ਕਰਤਾ 15 ਗ੍ਰਾਮ, 20 ਗ੍ਰਾਮ, 25 ਗ੍ਰਾਮ, ਲੇਕਿਨ ਜਿਹੜਾ ਬਹੁਤਾ ਡਰੱਗ ਦਾ ਕੰਮ ਹੈਗਾ ਇਹ ਮੈਂ ਨਹੀਂ ਮੰਨਦਾ ਕਿ ਇਹ ਬਾਹਰੋਂ ਹੁੰਦਾ ਹੈ, ਬਲਕਿ ਇੰਡੀਆ ਦੇ ਅੰਦਰ ਹੀ ਹੋ ਰਿਹਾ। ਬਿਲਕੁਲ ਸਹੀ, ਮੋਸਟ ਆਫ ਦੀ ਕੈਮੀਕਲ ਫੈਕਟਰੀਆਂ ਹੈਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਡਰੱਗ ਫੈਕਟਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਕਿਹੜੀ ਡਰੱਗ ਫੈਕਟਰੀਆਂ ਕਿੱਥੇ ਹੈਗੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਕਿ ਨਹੀਂ ਪਤਾ? ਤੁਸੀਂ ਡਰੱਗ ਫੈਕਟਰੀਆਂ ਕਿਉਂ ਨਹੀਂ ਹੈਗੀਆਂ? ਜੇ ਜੋ ਭੋਲਾ ਕਾਂਡ ਦੇ ਵਿੱਚ 2-5 ਕੁਲੇ ਤੋਂ ਫੜੀ ਗਈ ਸੀ, ਕਬੱਦੀ ਤੋਂ ਫੜੀ ਗਈ ਸੀ, ਉਹ ਮੌਜ ਨਾਲ ਕੱਦੇ ਛੁੱਟ ਕੇ ਆ ਗਏ, ਬੇਲਾਂ 'ਤੇ ਲਾ ਕੇ ਫਿਰ ਆ ਗਏ, ਇਸੇ ਕੰਮ ਕਰਦੇ ਨੇ। ਕਿਉਂਕਿ ਜਿਹੜੀਆਂ ਫੈਕਟਰੀਜ਼ ਹੈਗੀਆਂ ਨੇ ਨਾ, ਕੈਮੀਕਲ ਬਣਾਉਂਦੀਆਂ ਨੇ ਜਾਂ ਫਾਰਮੈਸੀ ਦੀਆਂ ਫੈਕਟਰੀਜ਼ ਹੈਗੀਆਂ ਨੇ, ਉਹਨਾਂ 'ਤੇ ਕੋਈ ਕੰਟਰੋਲ ਨਹੀਂ ਕਿ ਉਹਨਾਂ ਨੂੰ ਕਿਹੜਾ ਸਾਲਟ ਕਿੱਥੋਂ ਕਿੰਨਾ ਮਿਲਦਾ, ਕਿਆ ਹੈਗਾ, ਕੀ ਹਿਸਾਬ ਕਿਤਾਬ ਹੈ ਇਹਦਾ, ਉਹ 'ਤੇ ਕੋਈ ਕੰਟਰੋਲ ਨਹੀਂ। ਜਿਹੜੇ ਕੈਮਿਸਟ ਨੇ ਉਹਨਾਂ 'ਤੇ ਡਰੱਗ ਇੰਸਪੈਕਟਰਾਂ ਦਾ ਕੋਈ ਕੰਟਰੋਲ ਨਹੀਂ, ਉੱਥੇ ਉਹਨਾਂ ਨੇ ਆਪਣੀਆਂ ਮੰਥਲੀਆਂ ਬੰਨੀਆਂ ਹੋਈਆਂ ਹੈਗੀਆਂ, ਅਦਰਵਾਈਜ਼ ਕੈਮਿਸਟਾਂ ਤੋਂ ਹੀ ਆਉਂਦਾ, ਹੋਰ ਕਿਸੇ ਥਾਂ ਤੋਂ ਉੱਪਰੋਂ ਤਾਂ ਗਿਰਦਾ ਨਹੀਂ ਹੈਗਾ। ਜੇ ਆਪਾਂ ਇਹ ਕਹੀ ਜਾਵਾਂਗੇ ਕਿ ਜੀ ਪਾਕਿਸਤਾਨ 'ਚੋਂ ਆਉਂਦਾ, ਇੱਧਰੋਂ ਆਉਂਦਾ, ਆਉਂਦਾ ਹੋਊਗਾ, ਕੋਈ ਡਾਊਟ ਨਹੀਂ ਹੈਗਾ ਇਹਦੇ ਵਿੱਚ, ਲੇਕਿਨ
मोस्ट ऑफ द ड्रग जी हैगी दैट इज मैनुफैक्चर्ड विद इन इंडिया इतने ये बन रही हैगी असि सारा कोई पाकिस्तान से पा के पासे हो जाने असी जरा कला पाकिस्तान तो उतों उतों आई सी फिर अजक दिल्ली भी फड़ी गई है कि सोनीपत के नेड़े 200 करोड़ की वो कितों आ गई वो भी तो पाकिस्तान तो नहीं ना आ गई सवाल इस गल का है भी पाकिस्तान या अफगानिस्तान या अब्रॉड में ब्लेम करना सा मसला नहीं हल होता साडा मसला हल हों कि अपना जोड़ा नैटवर्क हैगा पुलिस का नैटवर्क है मजबूत करो और अज तक मेरा ख्याल नहीं सवाए भोले तो किसी भी बंदे की जायदाद कुरक की गई हो किसी भी समगलर की जदों के NDPC एक्ट के सीधा प्रोविजन हैगा कोई एक्शन नहीं हैगा जिहड़ियां रिपोर्ट्स आउंदियां ने वो या तो थल्ले पोलीटिकल पॉलिटिक्स का शिकार हो जांदियां ने जिहड़ियां वड्डे वड्डी मगरमच्छां दे अगेंस्ट आउंदियां या फिर कोर्टां च रुल जांदियां ने उहदा अगे कुछ हुंदा ही कुछ नहीं हैगा इस करके जिहड़ा कल्ला कि असीं मीटिंगां भावें तुसीं कॉन्फ्रेंसां जिन्नियां मर्जी कर लो मीटिंगां जिन्नियां मर्जी कर लो या तो इन्हां नूं नौजवानां नूं तुसीं इंप्लॉयमेंट दो ताकि इह कम लगन अदरवाइज तुसी जिहड़े कैमिस्ट शॉप्स हैगियां ने और जिहड़े कैमिकल्स बनाउंदे हैगे ने और जिहड़ियां फार्मेसी दियां दुकानां हैगियां ने इन्हां ते सख्ती नाल कंट्रोल करो पुलिस मैनुफैक्चर नहीं करदी पुलिस तां फड़ सकदी है लेकिन जिहड़ी मैनुफैक्चरिंग है उह तां इन्हां दी हो रही है ये कर रहे ने इन्हां दे क्यों नहीं पहलां ही नत्थ पाई जांदी एक कैमिस्ट शॉप ते पुलिस अधिकार नूं SHO नूं कोई अधिकार नहीं कि जाके उत्थे रेड करे उहनूं ड्रग इंस्पैक्टर नूं नाल जाणा पैंदा ड्रग इंस्पैक्टर नूं पहलां ही पता हुंदा सारा कुछ सारा जगाड़ सारा कुछ पहले ही पता होंगे इस करके सारे नैटवर्क है जोड़ा है यू तोड़न वास्ते सब तो बहुत जरूरी यह है कि तुम इन नत्थ पाओ तो फिर थले वाली जी लोअर हैगी है लोअर तबका है उन्होंने मजबूत करो उपर अफसर ज़्यादा फर्क नहीं पैंता ठीक है बहन साहब इन्होंने भी उही गल कही है तुम सारी एक गल कह रहे हो कि बैठक करना कोई फायदा नहीं निकल वाला मिस्टर इकबाल सिंह ने भी गल कहती थी हालांकि उन्होंने आपकी पार्टी बैठक करती पी इस पर उन्होंने गल में भी वजन हैगा बहन साहब हुण पिछे जी एक छापा वज्जिया सीगा उनकी रिपोर्ट भी लीक हो गई जिहड़े नशे सुदागर फड़ने से नशा बेचने वाले फड़ने से वो सारे पहले ही फरार हो गए उन्होंने अपने भांडे डंडे सांभ ले सारे बहन साहब इंटरनल नैटवर्क साडा स्ट्रोंग नहीं गा असी सांझा कितें होर ही पाई जांदे ये गल सही है कि जो फेलियर है साढ़े इतने लोकल लैवल से हैगा जी जी पाकिस्तान तो अभी बार बार कहने ना कि आँदी है वो जी कंसाइनमेंट्स आदि वो आदि बाहर यूरोप चो सारा नैटवर्क हैगा नैशनल लैवल से बनया बहुत बड़े बड़े मेरी मैं पहला भी पिछली बार भी कहा कि बहुत बड़े लैवल के पोलीटिशन इंडिया के इनवॉल्व है तो यह हों नहीं हो नहीं सकता पॉसीबल नहीं है नंबर दो लोकल देखो SHO जोड़ा है ना SHO कहें थाने की माँ होंगी है ना ਉਹਨੂੰ ਹਰ ਬੰਦੇ ਦਾ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਕੀ ਕੰਮ ਕਰਦਾ ਕਿਹੜੇ ਕਿਹੜੇ ਬੰਦੇ ਜੇਬ ਕਤਰੇ ਆ ਕਿਹੜੇ ਬੰਦੇ ਕੀ ਕੰਮ ਕਰਦੇ ਆ ਉਹਦੇ ਏਰੀਏ 'ਚ ਉਹਨੂੰ ਪਤਾ ਹੁੰਦਾ ਜਦੋਂ SHO ਆਉਂਦਾ ਉਹਦੇ ਕੋਲ ਸਾਰੀ ਲਿਸਟ ਹੁੰਦੀ ਹੈ ਮੰਨ ਲਓ ਜੇ ਉਹਨੂੰ ਕੋਈ SSP ਕਹਿ ਦੇ ਵੀ ਆਹ ਕੇਸ ਸ਼ਾਮ ਤੱਕ ਸੋਲਵ ਹੋਣਾ ਚਾਹੀਦਾ ਉਹ ਸੋਲਵ ਕਰ ਦਿੰਦੇ ਆ ਮੈਂ ਆਪ ਦੇਖਿਆ ਹੋਇਆ ਇਦਾਂ ਦੇ ਕੇਸਾਂ ਦੇ ਵਿੱਚ ਬੈਨ ਸਾਹਿਬ ਬਹੁਤੇ SHO ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਮਿਲਿਆ ਹੈਗਾ ਬਹੁਤੇ SHO ਕਹਿੰਦੇ ਆ ਭਾਈ ਅਸੀਂ ਬੰਦੇ ਫੜ ਲੈਣੇ ਆ ਸਾਨੂੰ ਕਹਿੰਦੇ ਸਾਡਾ ਬੰਦਾ ਛੱਡ ਦੋ ਉਹੀ ਨਾ ਜਿਹੜੇ ਫੇਲਰ ਕੀ ਹੈ ਪੋਲੀਟੀਕਲ ਪੋਲੀਟੀਕਲ ਉੱਥੇ ਉਹੀ ਆ ਜਾਂਦੀ ਹੈਗੀ ਹੈ ਸ਼ੈਲਟਰ ਜਿਹੜੀ ਹੈਗੀ ਹੈ ਉਹੀ ਇਸੇ ਕਰਕੇ ਜਿਹੜੇ SHO ਕੰਮ ਨਹੀਂ ਕਰ ਪਾਉਂਦੇ ਉਹਦੇ ਸਪਾਰਸ਼ ਨਾਲ ਦੇ MLA ਸਪਾਰਸ਼ ਨਾਲ ਲੱਗਦੇ ਆ ਔਰ ਉਹ ਫਿਰ ਕਿੱਥੋਂ ਜਾ ਕੇ ਉਹ ਫੜਨਗੇ ਬੰਦੇ ਪਹਿਲਾਂ ਹੀ ਫੋਨ ਆ ਜਾਂਦਾ ਵੀ ਆਪਣੇ ਬੰਦੇ ਹਲਕਾ ਇੰਚਾਰਜ ਦਾ ਸਿਸਟਮ ਮੜਾ ਹੈ ਹਲਕਾ ਇੰਚਾਰਜ ਦਾ ਸਿਸਟਮ ਬਿਲਕੁਲ ਹੀ ਗਲਤ ਹੈ ਹਲਕਾ ਇੰਚਾਰਜ ਦਾ ਸਿਸਟਮ ਜਿਹੜਾ ਹੈ ਮੈਂ ਦੱਸਦਾ ਇਹ ਆਇਆ ਵੈਸਟ ਬੰਗਾਲ ਤੋਂ ਇਹ ਇਹਨਾਂ ਦੇ ਇਹ ਵੀ ਅਕਾਲੀ ਦਲ ਦੀ ਦੇਣ ਹੈਗੀ ਹੈ ਉਦੋਂ ਵੈਸਟ ਬੰਗਾਲ ਦੇ ਵਿੱਚ ਕਾਮਰੇਡਾਂ ਨੇ 35 ਸਾਲ ਰਾਜ ਕੀਤਾ ਉਹਨਾਂ ਨੇ ਹਲਕਾ ਸਿਸਟਮ ਸ਼ੁਰੂ ਕੀਤਾ ਸੀ ਉੱਥੋਂ ਇਹ ਮਾਡਲ ਲੈ ਕੇ ਆਏ ਸੀ ਔਰ ਸੁਖਬੀਰ ਬਾਦਲ ਉਦੋਂ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਉਹ ਲਿਆਦਾ ਵੀ ਚਲੋ ਪੰਜਾਬ ਦੇ ਲੋਕਾਂ ਨੇ ਉਹਨੂੰ 10 ਸਾਲਾਂ ਬਾਅਦ ਬਦਲਤਾ ਹੈ ਪਰ ਅਦਰਵਾਈਜ਼ ਸਿਸਟਮ ਹਲਕਾ ਸਿਸਟਮ ਜਿਹੜਾ ਬਿਲਕੁਲ ਗਲਤ ਹੈ ਹੁਣ ਦੇਖੋ ਪਿੰਡ ਦੇ ਵਿੱਚ ਤੁਸੀਂ FIR ਵੀ ਦਰਜ ਕਰਾਉਣੀ ਹੋਵੇ SHO ਪਹਿਲਾਂ ਹਲਕਾ ਇੰਚਾਰਜ ਨੂੰ ਫੋਨ ਕਰਕੇ ਪੁੱਛਦਾ ਕਰਨੀ ਕਿ ਨਹੀਂ ਕਰਨੀ ਸੋ ਉਹ ਕਿੱਥੋਂ ਇਨਸਾਫ ਮਿਲੂਗਾ ਲੋਕਾਂ ਨੂੰ ਹਾਂ ਮਾਨ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਸੀ ਮੈਂ ਤੁਹਾਨੂੰ ਇਹ ਗੱਲ ਚਾਹੁੰਦਾ ਕਿ ਜਿਹੜੀ ਲੋਅਰ ਪੁਲਿਸ ਹੈਗੀ ਹੈ ਉਹ ਜਦ ਤੋਂ ਪੋਲੀਟੀਕਲ ਨੈਕਸਸ ਦੇ ਵਿੱਚ ਆਈ ਹੈ ਉਹ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਦੀ ਗੱਲ ਦੇ ਪੂਰਾ ਧਿਆਨ ਨਹੀਂ ਦਿੰਦੇ ਬਲਕਿ ਪੋਲੀਟੀਸ਼ੀਅਨਾਂ ਦੀ ਗੱਲਾਂ ਦੇ ਧਿਆਨ ਦਿੰਦੇ ਜਿਹੜਾ ਇੱਕ ਚੈਨਲ ਹੁੰਦਾ ਸੀ ASI ਰਿਪੋਰਟ ਕਰਦਾ ਸੀ SHO ਨੂੰ SHO ਰਿਪੋਰਟ ਕਰਦਾ ਸੀ ਹਲਕਾ DSP ਨੂੰ ਹਲਕਾ DSP ਕਹਿੰਦਾ ਸੀ SSP ਨੂੰ SSP DIG ਰੇਂਜ ਨੂੰ ਕਹਿੰਦਾ ਸੀਗਾ ਉਹ ਜਿਹੜਾ ਸਿਸਟਮ ਹੀ ਖਤਮ ਹੋ ਗਿਆ ਕਿਉਂਕਿ ਉਹ ਅਫਸਰਾਂ ਦਾ ਚੈਨਲ ਹੀ ਖਤਮ ਹੋ ਗਿਆ ਦੇਖੋ ਉਹ ਸਿੱਧਾ ਜਦੋਂ ਸਿਪਾਹੀ ਜਿਹੜਾ ਹੈਗਾ ਇੱਕ ਕਾਂਸਟੇਬਲ ਦੀ ਬਦਲੀ ਸਾਲੇ ਦੀ ਸਿੱਧੀ ਪੋਲੀਟੀਸ਼ੀਅਨਾਂ ਦੇ ਕਹਿਣ ਤੋਂ ਉਹ ਥਾਣੇ 'ਚ ਹੋ ਜਾਂਦੀ ਹੈਗੀ ਹੈ ਤੇ ਉਹਦਾ ਉਹ ਫਿਰ SSP ਦੀ ਕੀ ਪਰਵਾਹ ਕਰਦੇ ਨੇ SHO ਸਿੱਧਾ ਹੋਮ ਮਿਨਿਸਟਰ ਨੂੰ ਫੋਨ ਕਰਦਾ ਸੀਗਾ ਕੱਲ੍ਹ ਦੇ ਟਾਈਮ ਕੀ ਪਰਵਾਹ ਕਰਦੇ ਨੇ ਉਹ ਕਹਿੰਦੇ ਜੀ ਠੀਕ ਹੈ ਸੰਦਰ ਸਿੰਘ ਗੱਲਾਂ ਦਾ ਜਵਾਬ ਦੇ ਦਿਓ ਪਲੀਜ਼ ਦੇਖੋ ਮੈਂ ਹਲਕਾ ਇੰਚਾਰਜ ਵਾਲਾ ਸਿਸਟਮ ਆ ਬਹੁਤ ਹਲਕਾ ਤੇਜ਼ ਕਰਕੇ ਇਸ ਕਰਕੇ ਨਸ਼ਾ ਫੈਲ ਰਿਹਾ ਨਹੀਂ ਉਹ ਇੱਕ ਪਾਰਟੀ ਦਾ ਆਰਗੇਨਾਈਜੇਸ਼ਨਲ
है सिस्टम उहदा इस डिबेट नाल कोई लिंक नहीं। मैं इस गल ते ज़्यादा नहीं सहमत भी पॉलिटिशन सारे इनवॉल्व होंगे भी जिहड़ा नैक्सस आ जिहड़ा ड्रग्स विकदा, क्योंकि जिहड़ा पुलिस ऑफिसर आ जां कोई भी ऑफिसर आ उहने सदा ही ऑफिसर रहना। सरकारां कदी कोई पॉलिटिशन आ गया कदी नहीं आ गया। तुसीं एक चीज़ का देखियो जिहड़ा सीएम साहब का बयान आया सिद्धू साहब की अपॉइंटमेंट जिहड़ी उन्हें चीफ हुई एसटीएफ दी, उस तो बाद उन्होंने स्टेटमेंट आया भी जे किसी ऑफिसर नूं प्रॉब्लम है वह सेंटर च जा सकता। इहदा भी एक बड़ा वड्डा जिहड़ा लिंकेज आ। बैंस साहब ने जिहड़ी गल की इंस्पैक्टर इंद्रजीत वाला टोटल उहदे नाल ही आ, उन्हां दा स्टेटमेंट जिहड़ी गल कहणी भी जे किसी ऑफिसर नूं प्रॉब्लम है वह सेंटर जा सकता, इट मीनस भी एस टी एफ दे चीफ नूं किते ना किते रोकिया गया। वो किसी पॉलिटिशियन की शमूलीयत नहीं, अफसरां दी ना। जदों किसी स्टेट दे अफसरां च कलेश पै जाए टॉप लैवल ते डीजीपी वास्ते हुण एस टी एफ दे चीफ पिछे, ये चार पांच आईपीएस अफसरां ने मतलब हालात इत्थों तक हाई कोर्ट तक पहुंचे। कलेश तां सियासत विच भी है। देखो मैं एक चीज मैं दस रहा तुहानूं, अफसर सदा अफसर रहिंदा, पॉलिटिशियन सीजनड हुंदे आ, कदी आ गए कदी निकल गए, पर अफसर दा जिहड़ा नेक्सस आ ओह पॉलिटिशियंस दे नेक्सस पंजाब विच वड्डे परिवारां ने राज कीता, दहाकियां तों राज करदे आ रहे आ, ओह उहनां दी उहनां दी तुती बोलदी आ जो उह कहिंदे ओह हुंदा। ओह छड्डो जी, फिर किसे दा नाम नहीं सामणे आउंदा, किसे दा नाम नहीं सामणे। चलो मान सिंह आ रहा, ब्रेक तों बाद वापस आऊंगा। ब्रेक तों बाद वापस आ रहा मान सिंह, जिहड़ा हलका इंचार्ज वाली तुसीं गल करनी हैगी आ, जिहड़े सिस्टम दी गल करनी हैगी, नशे खिलाफ सांझ किन्नी कामयाब हैगी आ। केंद्र ਤੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਕੌਮੀ ਡਰੱਗ ਨੀਤੀ ਬਣੇ ਤਾਂ ਹੀ ਕੁਝ ਹੱਲ ਨਿਕਲ ਸਕਦਾ ਹੈਗਾ। ਪਾਕਿਸਤਾਨ ਦੇ ਖਿਲਾਫ ਕਿਹੋ ਜਿਹੀ ਨੀਤੀ ਬਣਨੀ ਚਾਹੀਦੀ ਹੈਗੀ ਆ, ਇਹ ਵੀ ਸਵਾਲ ਕੀਤਾ ਜਾ ਰਿਹਾ ਹੈਗਾ। ਬਹੁਤ ਸਾਰੇ ਸਵਾਲ ਬੈਠਕ ਦੇ ਵਿੱਚ ਪੁੱਛੇ ਗਏ ਹੈਗੇ ਆ, ਕੇਂਦਰ ਇਹਨਾਂ ਮੰਗਾਂ ਨੂੰ ਕਿਵੇਂ ਮੰਨੇਗਾ, ਕਿੰਨਾ ਮੰਨੇਗਾ, ਇਹ ਸਵਾਲ ਨਹੀਂ ਹੈਗਾ। ਅੰਦਰੂਨੀ ਜਿਹੜਾ ਸਿਸਟਮ ਹੈਗਾ ਉਹ ਕੈਪਟਨ ਸਾਹਿਬ ਦੀ ਕਿੰਨੀ ਮੰਨਦਾ ਪਿਆ ਹੈਗਾ, ਗ੍ਰਹਿ ਮੰਤਰੀ ਵੀ ਨੇ ਨਾਲ, ਉਹ ਗ੍ਰਹਿ ਮੰਤਰਾਲਾ ਉਹਨਾਂ ਕੋਲ ਹੈ, ਉਹ ਸਿਸਟਮ ਕਿੰਨਾ ਮੰਨਦਾ ਪਿਆ, ਸਵਾਲ ਉਸ 'ਤੇ ਵੀ ਹੈਗੇ। ਬ੍ਰੇਕ ਤੋਂ ਵਾਪਸ ਆ ਕੇ ਇਹ ਸਾਰੇ ਸਵਾਲ ਹੋਣਗੇ ਜ਼ਰੂਰ। ਅਸੀਂ ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਪੁੱਛਿਆ, ਨਸ਼ਿਆਂ ਖਿਲਾਫ਼ ਉੱਤਰੀ ਭਾਰਤ ਦੇ ਸੂਬਿਆਂ ਦਾ ਮੰਥਨ, ਕੇਂਦਰ ਸਰਕਾਰ ਕਿੰਨਾ ਮੰਨੇਗੀ। ਮਾਨ ਸਿੰਘ ਜੀ ਇੱਕ ਮਿੰਟ ਤੁਹਾਡੀ ਟਿੱਪਣੀ ਲੈਣਾ। ਮੈਂ ਇਕਬਾਲ ਸਿੰਘ, ਤੁਸੀਂ ਵੀ ਇਹਨਾਂ ਸਾਰੀਆਂ ਗੱਲਾਂ ਇਤਫਾਕ ਰੱਖਦੇ ਹੋ ਕਿ ਅੰਦਰੂਨੀ ਸਿਸਟਮ ਆ ਜਿਹੜਾ ਨਾਕਾਮ ਹੋ ਚੁੱਕਿਆ, ਅਸੀਂ ਸਾਰਾ ਕੁਛ ਸਰਹੱਦ ਪਾਰ 'ਤੇ ਪਾ ਕੇ ਅੰਤਰਰਾਜੀ ਸਰਹੱਦਾਂ 'ਤੇ ਗੱਲ ਕਰਕੇ ਅੰਦਰੂਨੀਆਂ ਨਾਕਾਮੀਆਂ ਜਿਹੜੀਆਂ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ? ਬਿਲਕੁਲ ਕੇਪੀ ਸਿੰਘ ਜੀ ਠੀਕ ਕਹਿ ਰਹੇ ਹੋ। ਤੁਸੀਂ ਦੇਖ ਲਓ ਅੱਜ ਜਦੋਂ ਭੋਲਾ ਡਰੱਗ ਕੇਸ ਸਾਹਮਣੇ ਆਇਆ ਸੀ, ਸੁਡੋਫੈਡਰੀਨ ਨਾਮ ਦਾ ਇੱਕ ਕੈਮੀਕਲ, ਉਦੋਂ ਅਸੀਂ ਸੁਣਿਆ ਸੀ ਵੀ ਇਹ ਸਪਲਾਈ ਹੁੰਦਾ ਜਿਹੜਾ ਮੁੰਡੇ ਮਰ ਰਹੇ ਹਨ। ਹੁਣ ਦੱਸੋ ਇਹ ਤਾਂ ਇੱਥੇ ਬੱਦੀਓ ਫੈਕਟਰੀ ਫੜੀ ਸੀ ਨਾ ਇਹਦੀ, ਤਾਂ ਹੁਣ ਇਹ ਕਿਤੇ ਪਾਕਿਸਤਾਨ 'ਚ ਸੀਗਾ ਬੱਦੀ? ਪੰਚਕੂਲੇ ਫੜੀ? ਹਾਂ ਪੰਚਕੂਲੇ, ਮਤਲਬ ਇਹ ਚੀਜ਼ਾਂ ਤਾਂ ਇੱਥੇ ਹੀ ਬਣਦੀਆਂ। ਗੱਲ ਤਾਂ ਇਹ ਹੈ ਵੀ ਇੱਛਾ ਸ਼ਕਤੀ ਕਿੱਥੋਂ ਆਊ? ਫਿਰ ਅੰਤਰਰਾਜੀ ਮੀਟਿੰਗਾਂ ਦੇ ਵਿੱਚ ਇਹ ਮੁੱਦੇ ਚੁੱਕੇ ਜਾਣੇ ਚਾਹੀਦੇ ਨਾ? ਚੁੱਕੇ ਗਏ ਆ, ਇਹ ਤਾਂ ਠੀਕ ਹੈ। ਹਾਂ ਨਹੀਂ, ਜੇ ਤੁਸੀਂ ਬੱਦੀ ਦਾ ਜ਼ਿਕਰ ਕਰ ਰਹੇ ਹੋ, ਪੰਚਕੂਲਾ ਜ਼ਿਕਰ ਕਰ ਰਹੇ ਹੋ, ਹਰਿਆਣਾ ਹਿਮਾਚਲ ਉਸ ਦੇ ਵਿੱਚ ਕੋਆਰਡੀਨੇਟ ਕਰ ਰਹੇ ਆ ਨਾ? ਬਿਲਕੁਲ। ਤੇ ਫਿਰ ਇਹ ਮੁੱਦੇ ਚੁੱਕਣੇ ਬਣਦੇ ਆ ਨਾ ਕਿ ਨਹੀਂ ਬਣਦੇ? ਮੁੱਦੇ ਚੁੱਕਾਂਗੇ ਵੀ, ਇਹ ਐਕਸ਼ਨ ਹੋਊਗਾ ਕਿ ਨਹੀਂ? ਚੁੱਕਦੇ ਵੀ ਰਹੇ, ਤਾਂ ਹੀ ਤੁਹਾਡੇ ਇੱਥੇ ਚੈਨਲ ਤੇ ਮੈਂ ਬੋਲ ਰਿਹਾ ਨਾ ਵੀ ਇਹ ਚੀਜ਼ਾਂ ਪਹਿਲਾਂ ਆ ਚੁੱਕੀਆਂ, ਔਨ ਰਿਕਾਰਡ ਇਹ ਚੀਜ਼ਾਂ। ਨਹੀਂ ਨਹੀਂ, ਆਪਾਂ ਇੱਕ ਪਾਸੇ ਕਹਿ ਰਹੇ ਹਾਂ ਅੰਤਰਰਾਜੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ, ਜਿਹੜਾ ਵਿਸ਼ਾ ਤੁਸੀਂ ਚੁੱਕਿਆ ਹੈਗਾ ਉਹ ਇਸ ਬੈਠਕ ਦੇ ਵਿੱਚ ਚੁੱਕਿਆ ਗਿਆ ਹੈਗਾ। ਨਹੀਂ ਮੈਂ ਤੁਹਾਨੂੰ ਉਹੀ ਗੱਲ ਕਰਦਾ, ਐਕਸ਼ਨ ਨਹੀਂ ਹੋਊਗਾ ਕੋਈ, ਵਿਲ ਪਾਵਰ ਹੋਏ ਨਾ ਜਿਹੜਾ ਫਾਇਦਾ ਹੋਇਆ ਕੰਮ ਤਾਂ ਇੱਥੇ ਪੰਜਾਬ ਦੀ ਸਰਕਾਰ ਨੇ ਕਰਨਾ, ਜਿਹੜਾ ਪੰਜਾਬ ਦੀ ਸਮੱਸਿਆ ਇਸ ਟਾਈਮ ਸਭ 'ਤੇ ਬਣੀ ਹੋਈ ਉਹਦੇ ਵੱਲ ਆਪਾਂ ਨੂੰ ਧਿਆਨ ਕਰਨਾ ਨਾ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਇਹ ਨੈਕਸਸ ਹੈ, ਇਹ ਨੈਕਸਸ ਟੁੱਟੂਗਾ ਕਿਵੇਂ? ਦੇਖੋ ਜਿਹੜੇ ਇਮਾਨਦਾਰ ਅਫਸਰ ਹੈ ਉਹ ਲੱਗਦੇ ਨਹੀਂ ਹੈ ਫੀਲਡ 'ਚ, ਉਹ ਤਾਂ ਵਿਚਾਰੇ ਸਾਈਡ 'ਤੇ ਰੱਖੇ ਹੋਏ ਆ, ਅਤੇ ਅਫਸਰ ਲੱਗਣੇ ਉਹ ਜਿਹੜੇ ਪੋਲੀਟੀਸ਼ਨ ਨੇ ਚਾਹੁੰਦੇ ਹੈਗੇ। ਇਹ ਨੈਕਸਸ ਬਣ ਗਿਆ ਪੋਲੀਟੀਸ਼ਨ ਦਾ ਅਤੇ ਅਫਸਰਾਂ। ਤੁਹਾਨੂੰ ਇੱਕ ਮਿੰਟ, ਮੈਂ ਲੀਕੁਅਰ ਮਾਫੀਆ ਮਤਲਬ ਇੱਕ ਐਗਜ਼ਾਮਪਲ ਦੇ ਤੌਰ 'ਤੇ ਦੱਸਣ ਲੱਗਿਆ ਹੈ। ਪੰਜਾਬ ਦਾ ਲੀਕੁਅਰ ਮਾਫੀਆ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਹਿੰਗੇ ਰੇਟਾਂ 'ਤੇ ਸ਼ਰਾਬ ਵੇਚਦੇ ਆ, ਔਰ ਉਹਨਾਂ ਨੇ ਹਰਿਆਣਾ, ਚੰਡੀਗੜ੍ਹ ਔਰ ਹਿਮਾਚਲ ਦੇ ਪੋਲੀਟੀਸ਼ਨਾਂ ਉੱਤੇ ਜ਼ੋਰ ਪਾ ਕੇ ਉੱਥੇ ਵੀ ਰੇਟ ਰਿਵਾਈਜ਼ ਕਰਾਏ, ਉੱਥੇ ਵੀ ਰੇਟ ਵਧਵਾਏ ਤਾਂ ਕਿ ਕੋਈ ਇਹ ਨਾ ਕਹੇ ਪੰਜਾਬ 'ਚ ਮਹਿੰਗੀ ਵਿਕਦੀ ਆ। ਸੋ ਐਡਾ ਸਟਰੋਂਗ ਹੈਗਾ ਇਹ ਮਾਫੀਆ, ਤੁਸੀਂ ਅੰਦਾਜ਼ਾ ਲਾਓ ਕਿ ਇਹਦਾ ਇੱਕ ਡਰੱਗ ਮਾਫੀਆ ਕਿੰਨਾ ਸਟਰੋਂਗ ਹੋਊਗਾ। ਹੁਣ ਜਿਵੇਂ ਉੱਥੇ ਗੁਰਪਿੰਦਰ ਦੀ ਮੌਤ ਹੋਈ ਆ, ਚਲੋ ਕਿਵੇਂ ਵੀ ਹੋਈ ਆ, ਉਹਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਸੀਗਾ, ਜੇ ਉਹਨੂੰ ਮੈਡੀਕਲ ਏਡ ਦੀ ਲੋੜ ਸੀ ਦਿੱਤੀ ਜਾ ਸਕਦੀ ਸੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਦੇ ਪਿੱਛੇ ਵੀ ਕੋਈ ਸਾਜਿਸ਼ ਨਿਕਲੂਗੀ ਜੇ ਉਹਦੀ ਪ੍ਰੋਪਰ ਇਨਕੁਆਇਰੀ ਹੋਵੇ। ਠੀਕ ਹੈ, ਹਾਂਜੀ ਮਾਨ ਸਿੰਘ ਇਕਬਾਲ ਜੀ ਗੱਲ ਪੂਰੀ ਕਰਨਾ ਚਾਹੁੰਦੇ? ਹਾਂ, ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜਾ ਨੈਕਸਸ ਹੈ ਇਹ ਟੁੱਟੂ ਕੌਣ? ਇਮਾਨਦਾਰੀ ਕੋਈ ਤੋੜੂਗਾ ਨਾ?
ਇਮਾਨਦਾਰ ਨੂੰ ਤਾਂ ਇਹਨਾਂ ਨੇ ਅੱਗੇ ਆਉਣ ਨਹੀਂ ਦੇਣਾ ਹੈਗਾ। ਇਸ ਕਰਕੇ ਇਹ ਗੱਲਾਂ ਕਰਨੀਆਂ ਬੇਮੈਨੀਆਂ ਹੈਗੀਆਂ, ਜਿੰਨੀ ਮਰਜ਼ੀ ਮੀਟਿੰਗਾਂ ਕਰੀ ਜਾਓ, ਇਹ ਕੁਛ ਨਹੀਂ ਹੋਣਾ ਇਹਦੇ 'ਚ। ਇਹ ਖਾਲੀ ਇਹਨਾਂ ਨੇ ਸੱਤਾ ਲੈਣੀ ਸੀ, 4 ਹਫ਼ਤਿਆਂ ਦਾ ਗਾਣੇ ਗਾ ਕੇ ਉਹ ਲੈ ਲਈ ਸੱਤਾ। ਹੁਣ ਇਹਨਾਂ ਨੇ ਮੀਟਿੰਗਾਂ ਮੂਟਿੰਗਾਂ ਕਰਕੇ ਜੀ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਹੈ, ਦੇਖੋ ਜੀ ਸਟੇਟਾਂ ਦੀ ਵੀ ਮੀਟਿੰਗ ਕਰੀ ਹੈ, ਉਹ ਕਰੀਏ, ਕਹਿਣ ਨੂੰ ਇੱਕ ਗੱਲਾਂ ਆਏਗੀ, ਇਹਨਾਂ 'ਚ ਨਿਕਲਣਾ ਕੁਛ ਨਹੀਂ ਹੈਗਾ। ਠੀਕ ਹੈ ਮਾਨ ਸਿੰਘ ਜੀ, ਤੁਸੀਂ ਪੁਲਿਸ ਦੇ ਵਿੱਚ ਬਹੁਤ ਲੰਬੀ ਸੇਵਾ ਕੀਤੀ ਹੈਗੀ, ਹੁਣ ਤੁਸੀਂ ਕਾਨੂੰਨ ਬਾਰੇ ਵੀ ਸੇਵਾ ਨਿਭਾ ਰਹੇ ਹੈਗੇ। ਸਵਾਲ ਇਹ ਹੈਗਾ ਕਿ ਇੱਕ ਕੈਪਟਨ ਸਾਹਿਬ ਕਹਿੰਦੇ ਫਾਸਟ ਟਰੈਕ ਕੋਰਟਸ ਬਣਾਈਆਂ ਜਾਣ ਤਾਂ ਜੋ ਇਹ ਮਾਮਲੇ ਜਲਦੀ ਨਿਬੇੜੇ ਜਾਣ। ਇੱਕ ਸਵਾਲ ਇਹ ਹੈਗਾ ਜਿਹੜਾ ਪੁਲਿਸ ਅਤੇ ਪੋਲੀਟਿਕਸ ਦਾ ਨੈਕਸਸ ਹੈਗਾ, ਉਹਦੀ ਵਜ੍ਹਾ ਕਰਕੇ ਨਾਕਾਮੀਆਂ ਸਾਹਮਣੇ ਆ ਰਹੀਆਂ ਹੈਗੀਆਂ। ਕੈਪਟਨ ਸਾਹਿਬ ਦਾ ਉਸ ਬਾਰੇ ਬਿਆਨ ਕਿਉਂ ਨਹੀਂ ਆ ਰਿਹਾ ਹੈਗਾ ਕਿ ਪੁਲਿਸ ਅਤੇ ਪੋਲੀਟਿਸ਼ਨਸ ਦਾ ਨੈਕਸਸ ਹੈ, ਫਾਸਟ ਟਰੈਕ ਕੋਰਟ ਦਾ ਬਿਆਨ ਆ ਰਿਹਾ? ਨਹੀਂ ਦੇਖੋ, ਪਹਿਲਾਂ ਤਾਂ ਮੈਂ ਤੁਹਾਨੂੰ ਇੱਕ STF ਚੀਫ ਦੀ ਗੱਲ ਦੱਸ ਦਿਆਂ ਮੈਂ ਤੁਹਾਨੂੰ, ਜਦੋਂ STF ਚੀਫ ਨੂੰ ਲਾਇਆ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਇਹ ਸ਼ਰਤ ਸੀਗੀ ਕਿ ਉਹ ਕਿਸੇ ਨੂੰ ਰਿਪੋਰਟ ਨਹੀਂ ਕਰਨਗੇ, ਇੰਡੀਪੈਂਡੈਂਟਲੀ ਕੰਮ ਕਰਨਗੇ। ਦੈਟ ਵਾਜ਼ ਦਾ ਪ੍ਰੋਬਲਮ, ਬਿਗ ਪ੍ਰੋਬਲਮ ਜਿਹੜੀ ਤੁਸੀਂ ਅੱਜ ਕਹਿ ਰਹੇ ਹੋ ਕਿ ਪੁਲਿਸ ਦੇ ਵਿੱਚ ਪ੍ਰੋਬਲਮ ਹੈਗੀ ਹੈ। ਅਤੇ ਉਹ ਹੁਣ ਉਹਨਾਂ ਨੂੰ ਕਿਹਾ ਕੀਤਾ, ਜਦੋਂ ਹੁਣ ਉਹਨਾਂ ਨੂੰ ਦੁਬਾਰਾ ਲਾਇਆ ਤਿੰਨਾਂ ਤੋਂ ਬਾਅਦ, ਨਾਓ ਹੀ ਵਿਲ ਰਿਪੋਰਟ ਟੂ ਦਾ DGP। ਇਹ ਇੱਕ ਅਮੈਂਡਮੈਂਟ ਕਰ ਦਿੱਤੀ ਗਈ ਕਿ ਈ ਵਿਲ ਨੋਟ ਗੋ ਬਿਓਂਡ ਦਾ DGP। ਦੈਟ ਮੀਨ ਦੈਟ ਜੋ STF ਦੀ ਰਿਪੋਰਟ ਆਊਗੀ ਉਹ ਥਰੂ DGP ਜਾਊਗੀ, ਹੀ ਕੈਨੋਟ ਰਿਪੋਰਟ ਡਾਇਰੈਕਟਲੀ ਟੂ CM, ਜਿਹੜਾ ਕਿ ਪਹਿਲਾਂ ਸੀਗਾ। ਨੰਬਰ 2, ਮੈਂ ਇਹ ਕਹਿਣਾ ਵੀ ਇਹਦੇ ਲਈ BSF ਦੀ ਅਕਾਊਂਟੇਬਿਲਟੀ ਕਿਉਂ ਨਹੀਂ ਬਣਦੀ, ਜਿਹੜੀ ਬਾਰਡਰ 'ਤੇ ਆ, ਜੇ ਬਾਰਡਰ ਤੋਂ ਨਸ਼ਾ ਆਉਂਦਾ ਕਿਉਂ ਨਹੀਂ ਆਉਂਦੀ? ਇਹ ਘਟਨਾ ਪਹਿਲਾਂ ਅੱਤਵਾਦ ਵੇਲੇ ਅਸੀਂ AK-47 ਇੱਦਾਂ ਫੜੀਆਂ ਗਈਆਂ ਸੀਗੀਆਂ ਡੇਰਾ ਬਾਬਾ ਨਾਨਕ ਦੇ ਬਾਰਡਰ ਤੋਂ, ਔਰ ਜਿਹਦੇ 'ਚ BSF ਦਾ ਇੱਕ ਅਸਿਸਟੈਂਟ ਕਮਾਂਡੈਂਟ ਸੀ, ਉਹਦਾ ਚਲਾਨ ਕੀਤਾ ਗਿਆ ਸੀ, ਅਰੈਸਟ ਕੀਤਾ ਗਿਆ ਸੀਗਾ। ਇਹ BSF ਦਾ ਜਿਹੜਾ ਨੈਕਸਸ ਹੈਗਾ ਉੱਥੇ ਬਾਰਡਰ 'ਤੇ, ਜਦੋਂ BSF ਹਰ ਥਰ ਚੌਪੇ ਚੱਪੇ 'ਤੇ ਲੱਗੀ ਹੋਈ ਹੈ, ਫਿਰ ਕਿੱਦਾਂ ਆ ਗਿਆ? ਜਿਹੜੀ ਟਰੱਕ ਦੇ ਵਿੱਚ ਲੂਣ ਦੇ ਵਿੱਚ ਆਈ ਹੈ, ਦੈਨ ਵਟ ਕਸਟਮਰ ਡੂਇੰਗ? ਪੰਜਾਬ ਨੂੰ ਲੱਗਦਾ ਹੈਗਾ ਹਰ ਚੱਪੇ ਚੱਪੇ ਤੇ BSF ਹੈ, ਹਰ ਚੱਪੇ ਚੱਪੇ ਤੇ ਲਾਈਟਾਂ ਹੈਗੀਆਂ ਨੇ, ਹਰ ਚੱਪੇ ਚੱਪੇ ਤੇ ਹੈਗਾ, ਤੇ ਜੇਕਰ ਉੱਥੇ ਸਖਤੀ ਹੋਊਗੀ ਜਾਂ ਜੇ ਪੂਰਾ ਹੋਊਗਾ ਤਾਂ ਕਿੱਦਾਂ ਹੋਜੂਗਾ? ਕੇਂਦਰ ਗੱਲ ਮੰਨ ਲੂਗਾ ਕਿਉਂ ਨਹੀਂ ਮੰਨੂਗਾ? ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੇਂਦਰ ਸੁਣੂਗਾ? ਕਿਉਂ ਨਹੀਂ ਮੰਨਣਗੇ? ਉਹਨਾਂ ਨੂੰ ਮੰਨਣੀ ਚਾਹੀਦੀ ਹੈ, ਮੰਨਣੀ ਪਊਗੀ। ਇਹਦੇ ਬਾਰੇ ਤਾਂ ਅਕਾਲੀ ਦਲ ਵੀ ਧਰਨਾ ਦਿੱਤਾ ਇੱਕ ਵਾਰੀ ਕਿ BSF ਵਾਲੇ ਉੱਥੇ ਰੋਕਦੇ ਨਹੀਂ। ਔਰ ਅੱਗੇ ਗੱਲ ਜਿਹੜੀ ਮੈਂ ਤੁਹਾਨੂੰ ਫਿਰ ਹੋਰ ਅੱਗੇ ਇਹਨੂੰ ਵਧਾਉਣਾ ਹੈਗਾ ਇਹ ਗੱਲ ਨੂੰ, ਅਗਰ ਕਸਟਮ ਅਧਿਕਾਰੀ ਹੈਗੇ ਨੇ, ਇਹ ਕਿੱਦਾਂ ਹੋ ਗਿਆ ਵੀ ਸਿਰਫ ਇਸ ਵਾਰੀ ਇਹ ਡਰੱਗ ਆਈ ਸੀ? ਇਹ ਖਬਰੇ ਪਹਿਲਾਂ ਕਿੰਨੀ ਵਾਰ ਆ ਚੁੱਕੀ ਹੈ? ਇਹ ਕਿਆ ਹੁੰਦਾ ਹੈਗਾ ਉੱਥੇ ਕਿ 3-4 ਖੇਪਾਂ ਆਉਣ ਤੋਂ ਬਾਅਦ ਇੱਕ ਫੜ ਲਈ ਜਾਂਦੀ ਹੈ ਤੇ ਉਹ ਦੱਸ ਦਿੱਤਾ ਜਾਂਦਾ ਕਾਰਵਾਈ ਪੈਂਦੀ ਹੈ? ਇਹ ਮੈਂ ਤੁਹਾਨੂੰ ਸਪਸ਼ਟ ਗੱਲ ਕਹਿ ਰਿਹਾ, ਬਿਲਕੁਲ ਐਸਾ ਹੀ ਹੁੰਦਾ। ਤੇ ਫਿਰ ਆਪਣੀ ਕਾਰਵਾਈ ਪਾ ਦਿੱਤੀ ਜਾਂਦੀ ਹੈ, ਦੇਖੋ ਜੀ ਆਹ ਫੜ ਲਈ, ਇੰਨੀ ਫੜ ਲਈ, ਇੰਨੀ ਫੜ ਲਈ, ਆਹ ਹੋ ਗਿਆ। ਸੋ ਇਸ ਲਈ ਜਿਹੜੀ ਜੇਕਰ ਇੰਟਰ ਬਾਰਡਰ ਨੂੰ ਤੁਸੀਂ ਸੀਲ ਕਰ ਦਿਓ, ਬਾਰਡਰ 'ਤੇ BSF ਦੀ ਰਿਸਪੋਂਸੀਬਿਲਟੀ ਬਣਾ ਦਿਓ ਕਿ ਕੋਈ ਐਸੀ ਚੀਜ਼ ਨਹੀਂ ਹੋਣੀ ਚਾਹੀਦੀ, ਕਸਟਮ ਦੀ ਹੋਣੀ ਚਾਹੀਦੀ ਹੈ, ਦੇ ਸ਼ੁੱਡ ਬੀ ਹੈਲਡ ਰਿਸਪੋਂਸੀਬਲ ਫਾਰ ਦਿਸ। ਅਗਲੀ ਗੱਲ, ਤੁਸੀਂ ਫਾਸਟ ਟਰੈਕ ਦੀ ਗੱਲ ਕਰਦੇ ਹੋ, ਫਾਸਟ ਟਰੈਕ ਦੀਆਂ ਗੱਲਾਂ ਕਿੱਦਾਂ ਚੱਲਣਗੀਆਂ? ਗਾ ਰਾਜਜੀਤ ਕੇਸ ਦੇ ਵਿੱਚ ਲਾ ਲਓ, ਇਹਦੇ 'ਚ ਜਿਹੜਾ ਕੰਪਲੇਨੈਂਟ ਸੀ ਉਹਨਾਂ ਨੇ ਕਿਹਾ ਸੀ ਜੀ ਸਾਡੇ ਤੋਂ ਪੈਸੇ ਲੈ ਕੇ ਸਾਡਾ ਚਲਾਨ ਨਹੀਂ ਪੇਸ਼ ਕੀਤਾ ਗਿਆ, ਸਾਡੀ ਜਵਾਨ ਦੇਊਗੀ। ਦੈਟ ਵਾਜ਼ ਦਾ ਕੇਸ। ਉਹ ਫਾਸਟ ਟਰੈਕ ਕਿਆ ਕਰੂਗੀ ਜੇ ਆ ਚਲਾਨ ਪੇਸ਼ ਹੁੰਦਾ? 3 ਸਾਲ ਉਹਦਾ ਚੱਲਦਾ ਇੱਥੇ ਕੋਰਟ ਦੇ ਵਿੱਚ, 15 ਗ੍ਰਾਮ, 20 ਗ੍ਰਾਮ, 5 ਗ੍ਰਾਮ, 10 ਗ੍ਰਾਮ ਜੱਜਾਂ ਦੇ ਅਤੇ ਉਹਦੇ ਉਹਨਾਂ ਦੀਆਂ ਉਹਦੇ 'ਚ ਜੇ ਉਹਦੇ 'ਚ ਛੋਟੀ ਮੋਟੀਆਂ ਕਨਵਿਕਸ਼ਨਾਂ ਹੋਈ ਜਾਂਦੀਆਂ ਨੇ, ਉਹਨਾਂ ਦੇ ਨੰਬਰ ਬਣ ਜਾਂਦੇ ਹੈਗੇ ਆ, ਜੋ ਵੀ ਹੈ ਵਟਸਐਪ ਰੀਤੇ ਹੈ। ਲੇਕਿਨ ਅਜੇ ਵੀ NDPC ਐਕਟ ਦੀ ਇਨਵੈਸਟੀਗੇਸ਼ਨ ਕਰਨ ਦਾ ਬਹੁਤ ਘੱਟ ਜਿਹੜਾ ਹੈਗੀ ਨੌਲੇਜ ਹੈਗੀ ਹੈ ਇਹਨਾਂ ਨੂੰ, ਅਜੇ ਪੂਰੀ ਨੌਲੇਜ ਨਹੀਂ ਹੈਗੀ ਕਿ NDPC ਐਕਟ ਦੇ ਵਿੱਚ ਕੀ ਹੋਣਾ ਚਾਹੀਦਾ। ਜਿਵੇਂ ਕਿ ਜੇ ਤੁਸੀਂ ਕੋਈ ਪੁਲਿਸ ਅਫਸਰ ਕਿਸੇ ਬੰਦੇ ਨੂੰ ਰੋਕਦਾ, ਉਹਦੇ ਕੋਲ ਨਸ਼ਾ ਹੈਗਾ, ਹੀ ਸਪੋਜ਼ ਟੂ ਕਿ ਮੈਂ ਤੇਰੀ ਤਲਾਸ਼ੀ ਲੈਣਾ ਚਾਹੁੰਦਾ, ਹੀ ਸਪੋਜ਼ ਟੂ ਕਾਲ ਦੀ ਮੈਜਿਸਟ੍ਰੇਟ, ਆਰ ਹੀ ਸਪੋਜ਼ ਟੂ ਕਾਲ ਐਨ ਸੀਨੀਅਰ ਆਫੀਸਰ, ਉਹਦੇ ਸਾਹਮਣੇ ਤਲਾਸ਼ੀ ਕਰੇ, ਉਹ ਅਫਸਰ ਜਿਹੜਾ ਰਿਕਵਰੀ ਮੈਮੋ ਨੂੰ ਸਾਈਨ ਕਰੇ। ਤੁਹਾਨੂੰ ਇਹ ਲੱਗਦਾ ਕਿ ਹਜੇ ਸਾਡੀ ਪੰਜਾਬ ਪੁਲਿਸ ਨੂੰ ਵੀ ਸਿਖਾਉਣਾ ਪਊਗਾ? ਅਜੇ ਵੀ ਹੈ, NDPC ਐਕਟ ਦੇ ਬਾਰੇ ਬਹੁਤ ਨੌਲੇਜ ਦੇਣ ਦੀ ਲੋੜ ਹੈ, ਔਰ ਪੁਲਿਸ ਨੂੰ ਅੱਧੇ ਦਾ ਡਰੱਗਸ ਦਾ ਪਤਾ ਹੀ ਨਹੀਂ ਹੈਗਾ ਵੀ ਕਿਆ ਚੀਜ਼ ਹੈ ਇਹ। ਸਿੰਦਰ ਬੈਂਸ, ਇਹ ਬਹੁਤ ਵੱਡਾ ਮੁੱਦਾ ਇਹਨਾਂ ਨੇ ਚੱਕਿਆ ਹੈਗਾ। ਇਹ ਖੁਦ ਉਸ ਵਿਭਾਗ ਵਿੱਚ ਰਹੇ ਆ ਅਤੇ ਆਪਦੇ ਵਿਭਾਗ ਦੇ ਜਿਹੜੀਆਂ ਖਾਮੀਆਂ ਹੈਗੀਆਂ ਉਹ ਇਹਨਾਂ ਨੇ ਨਸ਼ਲ ਕੀਤੀਆਂ ਹੈਗੀਆਂ। ਇਹਨਾਂ ਖਾਮੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਇਹੋ ਜਿਹੇ ਅਫਸਰਾਂ ਨੂੰ ਬੁਲਾ ਕੇ ਕਿਉਂ ਨਹੀਂ ਪੁੱਛਦੇ ਭਾਈ ਅਸੀਂ ਇਹ ਖਾਮੀਆਂ ਦੂਰ ਕਿਵੇਂ ਕਰੀਏ? ਨਹੀਂ, ਪੁੱਛਣ ਦਾ ਤਾਂ ਜੇ ਖਤਮ ਕਰਨਾ ਹੋਵੇ ਨਸ਼ਾ, ਪਹਿਲੀ ਗੱਲ ਤਾਂ ਇਹ। ਦੇਖੋ, ਜਿਵੇਂ ਫਾਸਟ ਟਰੈਕ ਗੱਲਾਂ ਦੀ ਗੱਲ ਕਰਦੇ ਆ, ਫਾਸਟ ਟਰੈਕ ਕੀ ਕਰਦੇ ਆ ਇਹ? ਹੁਣ ਅੱਗੇ ਵੀ ਕੁਛ ਬਣੀਏ ਫਾਸਟ ਟਰੈਕ, ਉਹ ਕੀ ਜਿਹੜੇ ਆਲਰੇਡੀ ਜੱਜਸ ਹੈਗੇ ਨਾ, ਜੋ ਲੋਅਰ ਜੁਡੀਸ਼ਰੀ ਆ, ਉਹਨੂੰ ਡੈਜੀਗਨੇਟ ਕਰ ਦਿੰਦੇ ਆ। ਇੱਕ ਜੱਜ ਜਿਹੜਾ ਆਲਰੇਡੀ ਸਿਵਲ ਜੱਜ ਹੈ, ਉਹਦੇ ਕੋਲ ਆਲਰੇਡੀ ਇੰਡੀਪੈਂਡੈਂਸੀ ਹੈ, ਉਹਨੂੰ ਫਿਰ ਕੀ ਕਹਿੰਦੇ ਆ ਇਹ ਹੁਣ ਫਾਸਟ ਟਰੈਕ ਦਾ ਵੀ ਜੱਜ ਹੈ ਨਾਲ, ਠੀਕ ਹੈ, ਉਹ ਕੀ ਕਰੂਗਾ? 4 ਕੇਸ ਉੱਧਰ, ਉੱਧਰ 400 ਪੈਂਡਿੰਗ ਹੋ ਗਿਆ। ਸੋ ਕਿਤੇ ਨਾ ਕਿਤੇ ਜਦੋਂ ਨਵੇਂ ਜੱਜਸ ਨਹੀਂ ਭਰਤੀ ਕਰਨੇ ਜੁਡੀਸ਼ਰੀ, ਉਹ ਕੀ ਕਰੂਗੀ ਕਿ ਫਸਟ ਟਾਈਮ ਦਾ ਕੀ ਪਰਪਜ਼ ਕਰਨ ਦਾ? ਤੁਸੀਂ, ਤੁਹਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ। ਨੰਬਰ 2,
कि जिहड़ी सिंसियरिटी तुसीं देखो 6 साल हो गए आ 6 जिहड़े आ कैनेडा दे NRI सीगे जिन्हां दे नाम ईडी दी रिपोर्टां जिहड़ियां ईडी ने इन्वेस्टिगेशन कीती मजीठिया केस दे विच और अदरवाइज़ भी जिहड़ी पुलिस दे कोल FIR दर्ज हुई है सिंथेटिक ड्रग वाले केसां 'च उह 6 बंदे जिहड़े आ उहनां दे नाम आए सीगे ਤੁਸੀਂ ਮੈਨੂੰ ਦੱਸੋ 6 ਸਾਲਾਂ 'ਚ ਸੈਂਟਰ ਗੌਰਮੈਂਟ ਨੇ ਜਾਂ ਸਟੇਟ ਗੌਰਮੈਂਟ ਨੇ ਕੀ ਉਪਰਾਲਾ ਕੀਤਾ ਕਿ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਕੋਈ ਕੁਝ ਹੋਇਆ ਇੰਟਰਪੋਲ ਨੂੰ ਕੋਈ ਨੋਟਿਸ ਜਾਰੀ ਹੋਇਆ ਕੁਝ ਨਹੀਂ ਹੋਇਆ ਸਟੇਟ ਨੇ ਫਾਰਮੈਲਿਟੀ ਕੀਤੀ ਸੈਂਟਰ ਨੂੰ ਲਿਖਤਾ ਸੈਂਟਰ ਨੇ ਆਪਣੇ ਕੋਲ ਫਾਈਲ ਰੱਖ ਲਈ ਹੈ ਤੇ ਜੇ ਅਕਾਲੀ ਦਲ ਨੇ ਡਿਮਾਂਡ ਕਰ ਸਕਦਾ ਸੈਂਟਰ ਦੇ ਕੋਲ ਨਹੀਂ ਅਕਾਲੀ ਦਲ ਨਹੀਂ ਭੇਜੀ ਸੀ ਉਦੋਂ ਇਹਨਾਂ ਦੇ ਟਾਈਮ ਵੀ ਫਾਰਮੈਲਿਟੀ ਜਿਹੜੀ ਆ ਇਹਨਾਂ ਦੇ ਟਾਈਮ ਵੀ ਗਈ ਸੀਗੀ ਵੀ ਇਹ ਬੰਦੇ ਇਨਵੋਲਵ ਹੈਗੇ ਆ ਉਦੋਂ ਮਤਲਬ ਬੰਦੇ ਹੁਣ ਜੀ ਅਸੀਂ ਤਾਂ ਬਾਦਲ ਸਾਹਿਬ ਕਹਿੰਦੇ ਅਸੀਂ ਥੋੜ੍ਹੀ ਕਰਨਾ ਸੈਂਟਰ ਨੇ ਕਰਨਾ ਹੁਣ ਸੈਂਟਰ ਤੋਂ ਅੱਗੇ ਨਹੀਂ ਕਾਰਵਾਈ ਚੱਲਦੀ ਇੱਥੋਂ ਮਤ ਪਤਾ ਲੱਗਦਾ ਕਿ ਪੋਲੀਟੀਕਲ ਲੈਵਲ 'ਤੇ ਕਿੱਡੀ ਵੱਡੀ ਇਨਵੋਲਵਮੈਂਟ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹ ਬੰਦੇ ਜਿਹੜੇ ਪੰਜਾਬ ਨੂੰ ਬਰਬਾਦ ਕਰਦੇ ਰਹੇ ਇੱਥੇ ਇੱਥੇ ਆਉਂਦੇ ਰਹੇ ਆ ਵਿਆਹਾਂ 'ਚ ਬਿਕਰਮ ਮਜੀਠੀਆ ਦੇ ਮੈਰਿਜ ਦੇ ਵਿੱਚ ਹਾਜ਼ਰ ਸੀਗੇ ਉਹਦੇ ਘਰ ਰਹਿੰਦੇ ਰਹੇ ਆ ਸਬੂਤ ਹੈਗੇ ਆ ਫਿਰ ਵੀ ਉਹਨਾਂ ਬੰਦਿਆਂ ਦੇ ਵਿਰੁੱਧ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਜਾਂਦਾ ਇੱਥੋਂ ਪਤਾ ਲੱਗਦਾ ਪੋਲੀਟੀਕਲ ਇਨਵੋਲਵਮੈਂਟ ਕਿਸ ਲੈਵਲ ਦੀ ਹੈਗੀ ਸਿੰਦਰ ਸਿੰਘ ਇਸ ਸਵਾਲ ਦਾ ਜਵਾਬ ਇਹਨਾਂ ਨੇ ਤੇ ਬੈਂਸ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਇਹਨਾਂ ਨੇ ਹੁਣ ਤੇ ਕੋਈ ਕਮੀ ਰਹਿ ਨਹੀਂ ਗਈ ਇਹ ਆਖਣ 'ਚ ਵੀ ਇਹਦੇ 'ਚ ਇਨਵੋਲਵਮੈਂਟ ਮਜੀਠੀਆ ਸਾਹਿਬ ਦੀ ਜਿਹੜੀ ਇਹਨਾਂ ਨੇ ਗੱਲਾਂ ਕੀਤੀਆਂ ਜਿਵੇਂ ਇਹਨਾਂ ਨੇ ਗੱਲਾਂ ਕੀਤੀ ਵੀ ਕਿਉਂ ਤਾਂ ਉਹਨਾਂ ਦੇ ਵਿਆਹ 'ਤੇ ਆ ਗਏ ਜੀ ਸਭ ਕੁਝ ਹੋ ਗਿਆ ਉਹਦਾ ਰਿਕਾਰਡ 'ਤੇ ਮੈਂ ਠੀਕ ਹੈ ਨਾ ਵੀ ਰਿਕਾਰਡ ਦੀਆਂ ਗੱਲਾਂ ਕਰ ਰਹੇ ਹੋ ਜੀ ਅਤੇ ਰਿਕਾਰਡ 'ਚ ਇਹ ਵੀ ਹੈ ਵੀ ਇਹਦੀ ਇਨਵੈਸਟੀਗੇਸ਼ਨ ਹੋ ਚੁੱਕੀ ਆ ਇੱਕ ਏਜੰਸੀ ਨੇ ਨਹੀਂ ਕੀਤੀ ਸੈਂਟਰ ਦੀਆਂ 7 ਏਜੰਸੀਆਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਬੈਂਸ ਸਾਹਿਬ ਇਕੱਲੀ ਪੰਜਾਬ ਦੀ ਨੇ ਨਹੀਂ ਕੀਤੀ 7 ਸੈਂਟਰ ਦੀ ਏਜੰਸੀਆਂ ਨੇ ਮਜੀਠੀਆ ਸਾਹਿਬ ਦੀ ਇਨਵੋਲਵਮੈਂਟ ਦੀ ਛਾਨਬੀਨ ਕੀਤੀ ਹੈ ਉਹਨੂੰ ਨਿਰੰਜਨ ਸਿੰਘ ਨੂੰ ਕਿਉਂ ਬਦਲਿਆ ਗਿਆ ਸੀਗਾ ਸਿਰਫ ਇਹ ਮਜੀਠੀਆ ਨੂੰ ਬਚਾਉਣ ਵਾਸਤੇ ਬਦਲ ਗਿਆ ਉੱਥੇ ਤੇ ਸਟੇਟਮੈਂਟ ਆਏ ਆ ਦੇ ਕੇ ਮਜੀਠੀਆ ਸਾਹਿਬ ਤੇ ਖੁਦ ਪੇਸ਼ ਹੋਏ ਜਲੰਧਰ ਰਿਪੋਰਟ ਤਾਂ ਹੋਣੀ ਤੁਹਾਡੇ ਕੋਲ ਜਲੰਧਰ ਦੇ ਈਡੀ ਈਡੀ ਰਿਪੋਰਟ ਅਜੇ ਤੱਕ ਉਹਦਾ ਰਿਪੋਰਟ ਕੋਰਟ ਵਿੱਚ ਆਈਡੀ ਮੈਂ ਥੋੜੀ ਫੜੀ ਫਿਰ ਤਾਂ ਤੁਹਾਡੇ ਵਾਲੇ ਨੇ ਗਲਤ ਮਾਫੀ ਮੰਗ ਲਈ ਸੀ ਨਾ ਉਹਦੀ ਕੇਸ ਜਾਰੀਆਂ ਕਢਾ ਲੈਂਦਾ ਕੋਰਟ ਵਿੱਚ ਲੈ ਲਓ ਕੋਰਟ ਵਿੱਚ ਪਈ ਆ ਇਕੱਲੀ ਈਡੀ ਨਹੀਂ ਬੈਂਸ ਸਾਹਿਬ 7 ਏਜੰਸੀਆਂ ਨੇ ਕੀਤੀ ਇਨਵੈਸਟੀਗੇਸ਼ਨ ਇਹਦੀ ਹੁਣ ਤੁਸੀਂ ਗੱਲ ਕਰ ਰਹੇ ਸੀ ਡਰੱਗਸ ਦੀ ਮੈਂ ਤੁਸੀਂ ਪੋਲੀਟੀਕਲ ਨੈਕਸਸ ਨੂੰ ਖਾਰਜ ਕਰ ਦਿਓ ਪੋਲੀਟੀਕਲ ਨੈਕਸਸ ਦੀ ਮੈਂ ਗੱਲ ਕਰਦੀ ਜਿਹੜੀ ਮੈਂ ਗੱਲ ਕਰਨਾ ਪੋਲੀਟੀਕਲ ਨੈਕਸਸ ਜਿਹੜਾ ਹੈ ਨਾ ਜਿਹੜਾ ਕੰਜ਼ਿਊਮਰ ਆ ਉਹਨੂੰ ਜੇ ਪੁਲਿਸ ਨੇ ਫੜ ਲਿਆ ਉੱਥੋਂ ਤੱਕ ਤਾਂ ਇਨਵੋਲਵਮੈਂਟ ਮੈਂ ਸਮਝਦਾ ਵੀ ਮੇਰੇ ਇਲਾਕੇ ਦਾ ਬੰਦਾ ਜਾਂ ਹਲਕੇ ਦਾ ਮੁੰਡਾ ਛੱਡ ਦਿਓ ਜਿਹੜੇ ਤੁਸੀਂ ਗੱਲ ਕਰਦੇ ਹੋ ਵੀ ਜਿਹੜੇ ਡਰੱਗਸ ਵੇਚਦੇ ਆ ਜਾਂ ਉਹਨਾਂ ਦੇ ਨਾਲ ਕਿਸੇ ਪੋਲੀਟੀਸ਼ੀਅਨ ਦੀ ਇਨਵੋਲਵਮੈਂਟ ਜੇ ਉਹ ਹੈਗੀ ਆ ਤਾਂ CM ਲਈ ਮਾੜੀ ਗੱਲ ਆ ਉਹਦੇ ਬਾਵਜੂਦ ਉਹਦੇ 'ਤੇ ਐਕਸ਼ਨ ਨਹੀਂ ਹੋ ਰਿਹਾ ਇਹ CM ਦੀ ਜ਼ਿੰਮੇਵਾਰੀ ਆ ਜੇ ਕੋਈ ਗੁਨਾਹਗਾਰ ਆ ਇਹ ਜਾਣਨ ਤੋਂ ਬਾਅਦ ਵੀ ਚੁੱਪ ਹੈ ਅਤੇ ਐਕਸ਼ਨ ਨਹੀਂ ਲੈ ਰਿਹਾ ਤਾਂ ਉਹ ਜਿਹੜਾ ਪਾਪ ਕਰ ਰਿਹਾ ਉਹ CM ਦੇ ਸਿਰ ਪਾਪ ਆਉਂਦਾ ਕਿਉਂਕਿ ਮਾਵਾਂ ਅਤੇ ਭੈਣਾਂ ਦੇਖੀਆਂ ਨਹੀਂ ਜਾਂਦੀਆਂ ਜੋ ਮਾਹੌਲ ਤੁਹਾਡੇ ਤੁਹਾਡੀ ਤੁਹਾਡੀ ਸਰਕਾਰ ਵੇਲੇ ਪੋਲੀਟੀਕਲ ਨੈਕਸਸ ਬਿਲਕੁਲ ਨਹੀਂ ਸੀ ਸਾਡੀ ਸਰਕਾਰ ਵੇਲੇ ਜੇ ਕੋਈ ਹੁੰਦਾ ਤਾਂ ਫੜ ਲੈਂਦੇ ਅਸੀਂ ਤਾਂ ਹੁਣ ਵੀ ਕਹਿੰਦੇ ਇਕਬਾਲ ਸਿੰਘ ਫੜ ਲਓ ਤੁਸੀਂ ਫਿਰ ਮੈਂ ਤਾਂ ਉਹੀ ਕਹਿਣਾ ਮੈਂ ਤਾਂ ਹੁਣੇ ਕਹਿ ਰਿਹਾ ਵੀ ਧੰਨਵਾਦ ਕਰਦੇ ਹਾਂ ਦਾ ਸੀਏ ਮੰਨਣ ਦਾ ਲੱਗੇ ਇਹ ਤਾਂ ਮੰਨਦੇ ਹੀ ਨਹੀਂ ਸੀ ਹੁੰਦੇ ਪੰਜਾਬ 'ਚ ਨਸ਼ਾ ਹੈ ਕੌਣ ਕਹਿੰਦਾ ਜੀ ਬਦਨਾਮ ਕੀਤਾ ਜਾਂਦਾ ਨਸ਼ਾ ਨਹੀਂ ਹੈਗਾ ਉਹ ਛੱਡੋ ਇੱਕ ਵਾਰ ਯਾਰ ਸੁਖਵੀਰ ਬਾਦਲ ਨੇ ਆਨ ਰਿਕਾਰਡ ਕਿਹਾ ਵੀ ਪੰਜਾਬ 'ਚ ਨਸ਼ਾ ਨਹੀਂ ਜੀ ਬਦਨਾਮ ਕਰਦੇ ਨੇ ਇਹ ਨਹੀਂ ਕਿਹਾ ਪੰਜਾਬ 'ਚ ਨਸ਼ਾ ਨਹੀਂ ਉਹ ਕਹਿੰਦੇ ਪੰਜਾਬ 'ਚ ਨਸ਼ਾ ਨਹੀਂ ਮੈਨੂਫੈਕਚਰਿੰਗ ਇੱਥੇ ਨਹੀਂ ਹੈ ਬਾਹਰੋਂ ਆਉਂਦਾ ਤਾਂ ਹੀ BSF ਦੇ ਖਿਲਾਫ ਅਸੀਂ ਐਜੀਟੇਸ਼ਨ ਕੀਤੀ ਹੈ ਕੰਜ਼ਿਊਮ ਹੁੰਦਾ ਕਿ ਨਹੀਂ ਇਹ ਗੱਲ ਕੀਤੀ ਸੀ ਦੱਸੋ ਕੰਜ਼ਿਊਮ ਹੋ ਰਿਹਾ ਕਿ ਨਹੀਂ ਹੋ ਰਿਹਾ ਕੰਜ਼ਿਊਮ ਤਾਂ ਹੁੰਦਾ ਹੀ ਹੈ ਜੀ ਕਿਉਂ ਨਹੀਂ ਪਤਾ ਮੈਂ ਉਹੀ ਗੱਲ ਕਰਦਾ ਇਹ ਗੱਲ ਮੰਨਦੇ ਨਹੀਂ ਸੀ ਨਾ ਵੀ ਕੰਜ਼ਿਊਮ ਹੋਣਾ ਇਕਬਾਲ ਜੀ ਭੋਲਾ ਡਰੱਗ ਰੈਕਟ ਵੀ ਪੰਜਾਬ ਗਵਰਨਮੈਂਟ ਜਦੋਂ ਸ਼੍ਰੋਮਣੀ ਅਕਾਲੀ ਦਲ BJP ਨੇ ਕ੍ਰੈਕ ਕੀਤਾ ਸੀ ਕੇਸ ਨਹੀਂ ਉਹ ਸਾਡੀ ਇਨਵੋਲਵਮੈਂਟ ਹਰਦਿਆਲ ਸਿੰਘ ਮਾਨ ਮਾਨ ਸਾਹਿਬ ਬੈਠੇ ਨੇ DIG ਸਾਹਿਬ ਇਹਨਾਂ ਨੂੰ ਆਪਾਂ ਪੁੱਛ ਲੈਂਦੇ ਵੀ ਸਿਸਟਮ ਕੀ ਹੁੰਦਾ ਜੇ ਕਿਸੇ ਕੇਸ ਨੂੰ ਸਾਰੀ ਮਿਹਨਤ ਹਰਦਿਆਲ ਸਿੰਘ ਮਾਨ ਨੇ ਕੀਤੀ ਸੀਗੀ ਸਰਕਾਰ ਨੇ ਕੀ ਕੀਤਾ ਸੀ ਸਰਕਾਰ ਦੇ ਸਰਕਾਰ ਦੇ ਅਧੀਨ ਹੀ ਹੁੰਦੀ ਪੁਲਿਸ ਵੀ ਤਾਂ ਉਹ ਪ੍ਰਾਪਤੀ ਤਾਂ ਸਰਕਾਰ ਦੀ ਮੰਨਦੀ ਹੈ ਮੰਨੀ ਜਾਂਦੀ ਸਰਕਾਰ ਦੀ ਹੱਲਾਸ਼ੇਰੀ ਦੇ ਨਾਲ ਕਿਉਂਕਿ ਦੇਖੋ ਸਰਕਾਰ ਦੀ ਹੁਣ ਸਪੋਜ਼ ਕਿਤੇ ਕੋਈ ਡਰੱਗ ਫੜ ਲਿਆ ਜਾਂ ਅੰਮ੍ਰਿਤਸਰ ਫੜਿਆ ਗਿਆ ਕਿਸੇ ਥਾਂ 'ਤੇ ਫੜਿਆ ਗਿਆ ਉਹ ਅਲਟੀਮੇਟਲੀ ਜੇ ਅਸੀਂ ਵੀ ਫੜਦੇ ਹਾਂ ਕੋਈ ਸਾਡਾ ਨਾਂ ਥੋੜ੍ਹਾ ਬੋਲਦਾ ਸੀ ਜਿਹਦੇ ਨੌਕਰ ਆ ਉਹਨਾਂ ਦਾ ਹੀ ਨਾਂ ਬੋਲਣਾ ਗਵਰਨਮੈਂਟ ਦਾ ਹੀ ਨਾਂ ਬੋਲਣਾ ਉਹਦੇ 'ਚ ਨਹੀਂ ਪਰ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਨਾ ਜਿਵੇਂ ਜਿਹੜਾ NDPC ਐਕਟ ਦਾ ਹੈਗਾ ਜਿਹੜਾ ਕਨਵਿਕਸ਼ਨ ਰੇਟ ਹੈਗਾ ਉਹਦਾ ਘੱਟ ਹੋਣਾ ਵੀ ਇੱਕ ਇਹਦੇ ਵਾਸਤੇ ਪ੍ਰੋਬਲਮ ਹੋ ਗਈ ਇਹਦੇ ਵਾਸਤੇ ਪ੍ਰੋਬਲਮ ਹੋ ਗਈ ਔਰ ਕਨਵਿਕਸ਼ਨ ਰੇਟ ਘੱਟ ਹੋਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਕਿਉਂ ਹੈ ਬਿਲਕੁਲ ਠੀਕ ਕਨਵਿਕਸ਼ਨ ਰੇਟ ਕਿਉਂ ਘੱਟ ਹੋ ਰਿਹਾ
क्योंकि इट इज़ ए फॉल्टी इन्वेस्टिगेशन। हूँ सपोज किया मैं तुम्हें एग्जाम्पल दिना भी एक बंदा आता तो ड्रग फड़ी गई ये क्या करते हैं साढ़े जो लोअर रेजुडिशरी है उन्होंने पूछे तो कि वो एन डी पी सी एक्ट ये मैंडेटरी हैगा कि बंदे जिन्हों फड़ते हो तो वो तलाशी गजटेड अफसर या मजिस्ट्रेट के सामने लगा ठीक है जी। हूँ साढ़े आए क्या करते हैं कि ये कहें ने जी आईओ हों कुछ ए एस आई हों इत हाँ एक फर्द बना ली इन पूछा गया ये कहना कोई गल नहीं मैं कोई इतराज नहीं मैं तू ही मेरी तलाशी कर ले जी तो ना करा उस अद्धे तो वध कोर्ट ने हाई कोर्ट ने चक के भगा के मारी सारिया फाइल वो कहते भी जब ये प्रोविजन हैगा तुम उन्होंने फॉलो क्यों नहीं कर रहे लेकिन इन्वेस्टिगेशन जेड़ा पूरी भी अजे भी थले दी लोअर साडे लोअर तबका हैगा उन्होंने पूरी ट्रेनिंग अजे भी नहीं इन्होंने पिछले उठाई सी कि अनएम्प्लॉयमेंट जेड़ी है वो भी बहुत बड़ा बहुत बड़ा जॉब क्रिएशन होनी चाहिए। ठीक है एक छोटा जिहा ब्रेक लैने ब्रेक तो वापस आवांगे। कोशिश असीं कर रहे हैं कि संजीदा चर्चा होवे ते इहदे विच तुहानूं समझ आवे कि नशे है जिहड़े वध क्यों रहे है कि ते साडी जवानी है नशे नाल मर क्यों रही है कि है ये नशे किहो जिहे है कि है चिट्टा जिहड़ा हैगा साडे पंजाब नूं क्यों खा रहा है पंजाब की जवानी क्यों खा रहा है बहुत सारे यहोजे सवाल हैगे है। सियासत तो रोज़ होनी है इन्हां मसलियां ते पर सानू संजीदा होना पवेगा नहीं तो साडी कौम है जिहड़ी पंजाबीयत जिहड़ी हैगी है जिहड़ी उहदी अणख हैगी है वह खत्म हो जाएगी। ब्रेक तो वापस आ रहे सवाल एक पूछ रहे हैं नशे खिलाफ उत्तरी भारत के सूबे का मंथन केंद्र सरकार किन्ना मन्ने की इस सवाल तुसीं वापस आए हैं आखिरी हिस्से में इकबाल सिंह कौमी ड्रग नीति बनाने के नाल हल निकल सकता है कुछ हल देखो प्रोविजन आई पी सी जिमें अपने डी आई जी साहब दस रहे सब कुछ है सब कुछ गल तो इंप्लीमेंट दी है कानून जिन्हें मर्जी लद्दी जाओ वह की है किताबों पे रहेंगे गल तो जिन्होंने इंप्लीमेंट करना उन्होंने इच्छा शक्ति बनानी पैनी है गल तो उत्थे आके निबड़नी है ना। हूँ मैं थोड़ा दस दिना कल की गल है 100 सरपंचा ने धरना लाया फरीदकोट एस एस पी दफ्तर के मूहरे भी जिन्हों असी फड़ के दिने एस एस पी जब जदे छड़ा दें वो कहना भी जे ये ना बदलिया गया ना उरा कोई ईमानदार अफसर लाया असी पूरिया पंचायतों पिंडा के पिंड ट्रालिया भर के इतने धरना लाऊंगे 100 वो भी कांग्रसी सरकार दे कहते भी असं सारे कांग्रसी हैं बोलता साड़ी सरकार है साड़ी सुनवाई नहीं हो रही दसो कहना असी किदे कोल जाइए अफसर मनते ही नहीं कहता मतलब 100 सरपंच है तुम देख लो मैं अज देख रहा रिपोर्ट चलाई ऐसी रिपोर्ट सर। हाँ मतलब आ हालात होए पे लोगों को अपने बच्चों की चिंता वट वट खाई जाती है। मान सिंह जी एस एस पी ते जे 100 कांग्रसी पंचायत ने सवाल चुके है कि इहदा मतलब तुसी की समझदे हो फरीदकोट के एस एस पी नूं तुसी भी चंगी तरह जानदे कोई एस एस पी च इन्नी जरूरत नहीं होंगी कि अपने तौर पर इन्ना अड़े किसी किले ते ही अड़दा किसी च इन्ना दम नहीं है किसी एस एस पी च इन्ना दम नहीं है मैं आप एस एस पी रहा इस करके मैं पता भी किसी कोई इन्ना दम नहीं होंगे है हूँ जे अड़ता भी है तो यह तो एडमिनिस्ट्रेशन को देखना चाहिए कि क्या कोई जरूरी वह बिना जिला नहीं चलता तुम अगले दिन बदल के दूजा ला दो ये कोई जरूरी तो नहीं है फिर क्यों नहीं लाते उन्होंने उत्थे किने बदलियां करनिया फिर गल उत्थे ही आ गई फिर गल उत्थे ही आ जाती हैगी कि जब उन्होंने पता है भी मेरी बदली होनी नहीं आपे लोगों की परवाह नहीं कर गिल 100 कांग्रसी पंचायत उत्थे धरना लाउंदियां इहदा मतलब वह एस एस पी का विरोध कर रहे हैं जां एस एस पी के पिछे जिहड़ी सपोर्ट हैगी उहदा विरोध कर रहे हैं। देखो पहली गल तो इस जिहड़ा इशू है इहदे च खुशी वाली गल ये भी लोगों च अवेयरनैस आ रही है एंड इकबाल जी की गल बिल्कुल सही है भी अपनी औलाद नूं मरदा देख अज वो अपनी सरकार दे खिलाफ जा रहे तो समझ लो हालात की ने। हुण सीएम साहब का इस इशू ते चुप रह जाना बड़ी माड़ी गल है उन्होंने वास्ते ताई गल आ रही सी अकाली दल मानदा कि एसएसपी नूं कोई पॉलिटिकल सपोर्ट हैगी है भी जदों अपॉइंटिंग अथॉरिटी होम मिनिस्टर है जी फिर तुसीं अकाली दल दी सपोर्ट नहीं हैगी पिछे अकाली दल करके कांग्रेस ही ओके हो गए इस वेले होम मिनिस्टर कौन है जी सीएम साहब क्योंकि कांग्रेसी बहुते कांग्रेसी ये गल कहंदे आ सिंदर सिंह गिल बहुते कांग्रेसी ये कहंदे आ कि राज साडा चलदी अकाली दल दी है कुछ जिल्लें च खबर लेके पिट पिट मर गए भी लॉ एंड ऑर्डर कित्थे है इत्थे तुहानूं याद होना भी आई जी शीना साहब दे अगेंस्ट असीं एजिटेशन की थी आप जाके ठीक है मतलब हालात की सी फिर एस एस पी बठिंडे
ਪਬਲਿਕਲੀ ਅਸੀਂ ਕੋਈ ਐਜੀਟੇਸ਼ਨ ਨਹੀਂ ਕੀਤੀ ਨਹੀਂ ਇਹ ਚ ਵੀ ਹੈ ਨਾ ਜੇ ਕਾਂਗਰਸ ਸੀ ਤੁਸੀਂ ਨਸ਼ੇ ਦੇ ਮੁੱਦੇ ਤੇ ਪਬਲਿਕਲੀ ਐਜੀਟੇਸ਼ਨ ਕਿਹੜਾ ਕੀਤਾ ਨਸ਼ੇ ਦੇ ਮੁੱਦੇ ਤੇ ਜੇ ਕੋਈ ਖੜਾ ਨਾ ਜੀ ਕੇਪੀ ਜੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਹਰ ਥਾਂ ਸਟੈਂਡ ਲਿਆ ਤੁਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਜੀ ਸੈਂਟਰ 'ਚ ਤੁਹਾਡੀ ਆਪਣੀ ਸਰਕਾਰ ਹੈ ਤੁਸੀਂ ਉਹਦੇ ਅਗੇਂਸਟ ਕਿਉਂ ਨਹੀਂ ਗਏ BSF ਦੇ ਅਗੇਂਸਟ ਅਸੀਂ ਸੀ ਇੱਥੋਂ ਗਏ ਸਾਰੇ ਉਦੋਂ ਗੱਲ ਇਹ ਨਹੀਂ ਗੱਲ ਵਿਲ ਪਾਵਰ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਜੇ ਲੀਡਰ 'ਚ ਵਿਲ ਪਾਵਰ ਹੈ ਹੱਲ ਹੋਇਆ ਤੇ ਉਹ ਸਟੈਂਡ ਲਊਗਾ ਹੱਲ ਹੋਇਆ ਕੋਈ ਦੁਖਦਾਈ ਗੱਲ ਹੈ ਕਿਉਂ ਨਹੀਂ ਹੋ ਰਹੀ ਗਏ ਹੱਲ ਹੋਇਆ ਹੱਲ ਕਿਉਂ ਨਹੀਂ ਹੋ ਰਹੀ ਉਹ ਤਾਂ ਪ੍ਰੋਗਰਾਮ ਬੀਜੇਪੀ ਦੇ ਕੌਮੀ ਪ੍ਰਧਾਨ ਦਾ ਵੀ ਸੀਗਾ ਕਿ ਧਰਨਾ ਦੇਣ ਦਾ ਆਈ ਹੈ ਨਾ ਫਿਰ ਹੱਲ ਕਿਉਂ ਨਹੀਂ ਹੋ ਰਹੀ ਉਹ ਵੀ ਸੀਗਾ ਫਿਰ ਦੁੱਖ ਦੀ ਗੱਲ ਤੇ ਆਈ ਹੈ ਨਾ ਜੀ ਫਿਰ ਬੈਂਸ ਮੈਂ ਇੱਕ ਸਵਾਲ ਤੁਹਾਡਾ ਜ਼ਰੂਰ ਲੈਣਾ ਚਾਹੁੰਦਾ ਪ੍ਰਤਾਪ ਸਿੰਘ ਬਾਜਵਾ ਜਿਹੜਾ ਸਵਾਲ ਰਾਜ ਸਭਾ ਵਿੱਚ ਪੁੱਛ ਰਹੇ ਹੈ ਕਿ ਇਸ ਤੋਂ ਇਲਾਵਾ ਉਹਨਾਂ ਨੇ ਕੋਰਟ ਵਿੱਚ ਵੀ ਪਟੀਸ਼ਨਾਂ ਪਾਈਆਂ ਤੁਹਾਨੂੰ ਯਾਦ ਹੋਊਗਾ ਜਗਮੀਤ ਸਿੰਘ ਬਰਾੜਹਰਾ ਨੇ ਵੀ ਪਟੀਸ਼ਨਾਂ ਪਾਈਆਂ ਸੀਗੀਆਂ ਸਵਾਲ ਇਹ ਹੈਗਾ ਕਿ ਕੇਂਦਰ ਦੇ ਨਾਲ ਅਸੀਂ ਸਾਂਝ ਪਾਉਣਾ ਚਾਹੁੰਦੇ ਹਾਂ ਬਾਕੀ ਸੂਬੇ ਨਾਲ ਅਸੀਂ ਸਾਂਝ ਪਾਉਣਾ ਚਾਹੁੰਦੇ ਹਾਂ ਆਪਸ ਵਿੱਚ ਪਾਰਟੀ 'ਚ ਮੈਨੂੰ ਅਸਹਿਮਤੀ ਨਜ਼ਰ ਆ ਰਹੀ ਕਿਉਂ ਇਸ ਤੋਂ ਪਹਿਲਾਂ ਵੀ ਰਿਵੋਲਟ ਹੋਇਆ ਸੀਗਾ ਅੰਦਰੂਨੀ ਕਾਂਗਰਸ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਜਿਹੜੀ ਅਸਹਿਮਤੀ ਹੈ ਨਾ ਡਰੱਗਸ ਦੇ ਉੱਤੇ ਇਹ ਬਹੁਤ ਪੁਰਾਣੀ ਹੈ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣੇ ਉਹਨਾਂ ਨੇ ਕਾਂਗਰਸ ਭਵਨ 'ਚ ਤੁਹਾਨੂੰ ਯਾਦ ਹੋਣਾ ਕਿ ਚੇਨ ਹੰਗਰ ਸਟ੍ਰਾਈਕ ਵੀ ਸ਼ੁਰੂ ਕੀਤੀ ਸੀਗੀ ਧਰਨਾ ਔਰ ਹਾਈ ਕੋਰਟ ਦੇ ਵਿੱਚ ਰਿੱਟ ਵੀ ਪਾਈ ਸੀਗੀ ਉਦੋਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤਾਂ ਬੜੇ ਦਿਨ ਉਹਨਾਂ ਨੇ ਆਪਣੇ ਆਏ ਨਹੀਂ ਉੱਥੇ ਪਰ ਜਦੋਂ ਆਏ ਆ ਕੇ ਉਹਨਾਂ ਨੇ ਉੱਥੇ ਬਿਆਨ ਦਿੱਤਾ ਸੀਗਾ ਕਿ ਮੈਂ ਕੇਸ CBI ਨੂੰ ਦੇਣ ਦੇ ਖਿਲਾਫ ਹੈ ਕਿ ਪੰਜਾਬ ਪੁਲਿਸ ਹੀ ਕਰੇ ਹੁਣ ਉਹਦੇ ਪਿੱਛੇ ਮਨਸ਼ਾ ਇਹ ਸੀਗੀ ਕਿ ਉਦੋਂ ਵੀ ਜੇ ਜਾਂਦਾ ਸੈਂਟਰ ਦੇ ਵਿੱਚ ਜਾਂਦਾ ਹੈ CBI ਨੂੰ ਦਿੰਦੇ ਹੋ ਸਕਦਾ ਕੋਈ ਇੱਦਾਂ ਦਾ ਡਿਸੀਜ਼ਨ ਹੋ ਜਾਵੇ ਜਿਹੜਾ ਕੁਛ ਲੀਡਰਾਂ ਦੇ ਖਿਲਾਫ ਜਾਵੇ ਸੋ ਉਹ ਪ੍ਰੋਟੈਕਸ਼ਨ ਦੇ ਵਾਸਤੇ ਉਹਨਾਂ ਨੇ ਉਸ ਵਕਤ ਨਹੀਂ ਜਾਣ ਦਿੱਤਾ ਇਹ ਵਿਰੋਧ ਚੱਲਦਾ ਰਿਹਾ ਪ੍ਰਤਾਪ ਬਾਜਵਾ ਨੂੰ ਹਟਾਇਆ ਵੀ ਜਦੋਂ ਕਾਂਗਰਸ ਤੋਂ ਉਦੋਂ ਵੀ ਇਹ ਧਮਕੀ ਦੇ ਕੇ ਹਟਾਇਆ ਗਿਆ ਕਿ ਮੈਂ ਰਿਵੋਲਟ ਕਰ ਦੂੰਗਾ ਸੋ ਇੰਟਰਨਲ ਜਿਹੜੀ ਚੱਲ ਰਹੀ ਪ੍ਰਤਾਪ ਬਾਜਵਾ ਜੇ ਬੋਲ ਰਿਹਾ ਹੈ ਤਾਂ ਉਹ ਉਹਦੇ ਪਿੱਛੇ ਵੀ ਇਹੀ ਮਨਸ਼ਾ ਹੁਣ ਨਵਜੋਤ ਸਿੱਧੂ ਸੀਗਾ ਨਵਜੋਤ ਸਿੱਧੂ ਨੇ ਕਿਹਾ ਸੀਗਾ ਮੈਨੂੰ 10 ਦਿਨ ਵਾਸਤੇ ਲਾ ਦਿਓ ਪੰਜਾਬ ਦਾ ਹੋਮ ਮਿਨਿਸਟਰ ਮੈਂ 10 ਦਿਨ 'ਚ ਖਤਮ ਕਰ ਦੂੰਗਾ ਪੰਜਾਬ 'ਚ ਨਸ਼ਾ ਉਹ ਗੱਲਾਂ ਫਿਰ ਚੁੱਭਦੀਆਂ ਪੋਲੀਟੀਸ਼ੀਅਨਾਂ ਨੂੰ ਵੀ ਇੱਕ ਟਰਫ ਹੈਗੀ ਆ ਉਹ ਚੀਫ ਮਿਨਿਸਟਰ ਦੀ ਉਹ ਚੈਲੇਂਜ ਸੀਗਾ ਕਿ ਤੁਸੀਂ ਭਾਈ ਨਹੀਂ ਕਰਦੇ ਲਿਓ ਮੈਨੂੰ ਦਿਓ ਇਹਦਾ ਮਤਲਬ ਇਹ ਹੈ ਕਿ ਹੋ ਸਭ ਕੁਝ ਸਕਦਾ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਹੋ ਸਕਦਾ ਜੇ ਕਰਨਾ ਹੋਵੇ ਵਿਲ ਪਾਵਰ ਹੋਵੇ ਪਰ ਵਿਲ ਪਾਵਰ ਨਹੀਂ ਹੈ ਜਿੱਥੇ ਕੋਈ ਗੱਲ ਕਰਦਾ ਉਹਨੂੰ ਝਟਕਾ ਦਿੱਤਾ ਜਾਂਦਾ ਮੈਂ ਨਵਜੋਤ ਸਿੱਧੂ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਉਹਨੂੰ ਸਿਸਟਮ 'ਚੋਂ ਬਾਹਰ ਇਸ ਕਰਕੇ ਕੱਢਿਆ ਗਿਆ ਕਿਉਂਕਿ ਬਹੁਤ ਹੀ ਜਗ੍ਹਾ ਦੇ ਉੱਤੇ ਇਸ਼ੂਜ਼ ਜਿਹੜੇ ਸਰਕਾਰ 'ਚ ਕਨਫਲਿਕਟ ਸੀ ਉਹ ਉਠਾਉਂਦਾ ਸੀਗਾ ਉਹਨੂੰ ਕੱਢਿਆ ਇਸੇ ਤਰੀਕੇ ਨਾਲ ਹੋਰ ਜਿਹੜੇ ਪੋਲੀਟੀਸ਼ੀਅਨ ਹੈ ਸਿਰਫ ਜਿਹੜੇ ਹੱਕ ਦੀ ਗੱਲ ਕਰਨਗੇ ਮੁੱਖ ਮੰਤਰੀ ਦੇ ਹੱਕ ਦੀ ਗੱਲ ਕਰਨਗੇ ਉਹ ਬੰਦੇ ਐਕਸੈਪਟੇਬਲ ਹੈਗੇ ਇੱਕ ਆਖਰੀ ਸਵਾਲ ਸਤਿੰਦਰ ਬੈਂਸ ਆਖਰੀ ਸਵਾਲ ਕੇਂਦਰ ਸਰਕਾਰ ਇਸ ਮੰਥਨ ਨੂੰ ਕਿੰਨਾ ਕਬੂਲੇਗਾ ਕੇਂਦਰ ਸਰਕਾਰ ਕੋਈ ਮੈਨੂੰ ਨਹੀਂ ਸੰਭਾਵਨਾ ਲੱਗਦੀ ਤੁਹਾਨੂੰ ਜਿਵੇਂ ਹੋਰ ਕੇਸਾਂ ਦੇ ਵਿੱਚ ਵੀ ਦੇਖਿਆ ਤੁਸੀਂ ਕੇਂਦਰ ਦੀ ਕੀ ਅਪਰੋਚ ਹੈਗੀ ਆ ਹੁਣ ਅਕਾਲੀ ਦਲ ਭਾਈਵਾਲ ਹੈ BJP ਦੇ ਵਿੱਚ ਠੀਕ ਹੈ ਨਾ ਸੈਂਟਰ ਦੇ ਵਿੱਚ ਵੀ ਭਾਈਵਾਲ ਹੈ ਜਿਹੜੇ ਮੁੱਦੇ ਇੱਥੇ ਪੰਜਾਬ 'ਚ ਉਠਾਉਂਦੇ ਆ ਤੁਸੀਂ ਕਿਉਂ ਨਹੀਂ ਉਠਾਉਂਦੇ ਸੈਂਟਰ ਦੇ ਵਿੱਚ ਜਾ ਕੇ ਉਠਾਉਣੇ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ ਜੇਲ੍ਹਾਂ ਦੇ ਵਿੱਚ ਸੁਧਾਰ ਦੀ ਬਹੁਤ ਸਖਤ ਲੋੜ ਹੈ ਜੇਲ੍ਹ ਇੱਕ ਟ੍ਰੇਨਿੰਗ ਸੈਂਟਰ ਬਣ ਗਏ ਜੇਲ੍ਹਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਪਤਾ ਕਿਆ ਹੁੰਦਾ ਇੱਕ 15 ਗ੍ਰਾਮ 20 ਗ੍ਰਾਮ ਵਾਲੇ ਮੁੰਡੇ 5-6 ਚਲੇ ਗਏ ਉੱਥੇ ਇੱਕ ਮਹਾਂਪੁਰਸ਼ ਬੈਠਾ ਜਿਹੜਾ ਜੰਗਾ ਤੰਗਾ ਤਕੜਾ ਵਾਲਾ ਕੰਮ ਹੈ ਉਹ ਉਹਨਾਂ ਨੂੰ ਆ ਕੇ ਕਹਿੰਦਾ ਸਾਰੇ 15 ਗ੍ਰਾਮ ਪਿੱਛੇ ਇੱਥੇ ਆ ਗਏ ਉਹ ਉਹਨਾਂ ਨੂੰ ਅੱਗੇ ਹੋਰ ਕੰਮ ਲਾ ਦਿੰਦਾ ਅੱਗੇ ਤੋਂ ਅੱਗੇ ਨੈਟਵਰਕ ਬਣਦਾ ਜੇਲ੍ਹ ਦੇ ਵਿੱਚ ਉਹਨਾਂ ਵਾਸਤੇ ਵੱਖਰੇ ਸੈੱਲ ਹੋਣੇ ਚਾਹੀਦੇ ਆ ਬਿਲਕੁਲ ਆਈਸੋਲੇਸ਼ਨ ਵਿੱਚ ਰੱਖਣਾ ਚਾਹੀਦਾ ਜੇਕਰ ਤੁਸੀਂ ਆ ਜੋੜੇ ਬੱਚਿਆਂ ਨੂੰ 15 ਗ੍ਰਾਮ 20 ਗ੍ਰਾਮ ਵਾਲਿਆਂ ਨੂੰ 1 ਕਿਲੋ ਵਾਲੇ ਨਾਲ ਮਿਲਾ ਦੋਗੇ ਤਾਂ ਉਹ ਉਹਨਾਂ ਨੂੰ ਸਿਖਾ ਕੇ ਉਸੇ ਕੰਮ ਦੇਖੋ ਜਿਹੜੇ ਐਂਡ ਯੂਜ਼ਰ ਦੀ ਲਾ ਦੂਗਾ ਐਂਡ ਯੂਜ਼ਰ ਜਿਹੜਾ ਉਹਦੀ ਰੈਸਟ ਬੰਦ ਹੋਣੀ ਚਾਹੀਦੀ ਆ ਉਹ ਐਡਿਕਸ਼ਨ ਸੈਂਟਰ 'ਚ ਭੇਜਣੇ ਚਾਹੀਦੇ ਆ ਨਾ ਕਿ ਜੇਲ੍ਹ 'ਚ ਭੇਜਣੇ ਚਾਹੀਦੇ ਆ ਪੋਲਿਸੀ ਉਹਦਾ ਉਹਦੇ ਟ੍ਰੇਨਿੰਗ ਸੈਂਟਰ ਬਣ ਗਏ ਜੀ ਸਿੰਘ ਜੀ ਗੱਲ ਇਦਾਂ ਦੇਖ ਦੋ ਬੰਦੇ ਇਮਾਨਦਾਰ ਆ ਜਾਣ ਨਾ ਪੰਜਾਬ 'ਚ ਇੱਕ DGP ਇੱਕ CM ਬਸ ਬਹੁਤਿਆਂ ਦੀ ਲੋੜ ਨਹੀਂ ਇਹ 2 ਮਹੀਨਿਆਂ 'ਚ ਖਤਮ ਹੋ ਜਾਊ ਸਾਰਾ ਰਿਕਾਰਡ ਥਾਣੇ ਸਾਰੇ ਸਮਗਲਰਾਂ ਬਹੁਤ ਧੰਨਵਾਦ ਕੁੱਲ ਮਿਲਾ ਕੇ ਇੱਛਾ ਸ਼ਕਤੀ ਦਾ ਮਸਲਾ ਹੈ ਇਕਬਾਲ ਸਿੰਘ ਤੁਹਾਡਾ ਬਹੁਤ ਧੰਨਵਾਦ ਮਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਸਤਿੰਦਰ ਗਿੱਲ ਤੁਹਾਡਾ ਬਹੁਤ ਧੰਨਵਾਦ ਸਤਿੰਦਰ ਸਿੰਘ ਬੈਂਸ ਤੁਹਾਡਾ ਬਹੁਤ ਧੰਨਵਾਦ ਸਰਹੱਦੋਂ ਪਾਰ ਕਿਸ ਦੀ ਹਮਾਇਤ ਨਾਲ ਨਾਰਕੋ ਟੈਰਰਿਜ਼ਮ ਹੋ ਰਿਹਾ ਜੇ ਸਵਾਲ ਇਹ ਹੈਗਾ ਫਾਸਟ ਟਰੈਕ ਕੋਰਟਸ ਕੀ ਕਰਨਗੀਆਂ ਜਦੋਂ ਪੁਲਿਸ ਨੂੰ ਸਿਖਲਾਈ ਪ੍ਰੋਪਰ ਨਹੀਂ ਹੋਵੇਗੀ ਪੁਲਿਸ ਨੂੰ ਪਤਾ ਨਹੀਂ ਹੋਵੇਗਾ ਕਿ ਜਾਂਚ ਹੈ ਨਸ਼ਿਆਂ ਦੇ ਮੁੱਦੇ 'ਤੇ ਕਿਵੇਂ ਅੱਗੇ ਵਧਾਉਣੀ ਹੈਗੀ ਹੈ ਇਹ ਸਾਬਕਾ DIG ਮਾਨ ਸਿੰਘ ਹਰਾ ਨੇ ਜੋ ਸਵਾਲ ਪੁੱਛਿਆ ਹੈਗਾ ਅਤੇ ਸਵਾਲ ਦਾ ਮਹੱਤਵ ਬਹੁਤ ਜ਼ਿਆਦਾ ਹੈਗਾ ਕਿਉਂਕਿ ਖੁਦ ਇਹਨਾਂ ਦੀ ਬੜੀ ਲੰਬੀ ਸਰਵਿਸ ਹੈਗੀ ਹੈ ਕੁੱਲ ਮਿਲਾ ਕੇ ਇਹ ਸਿਆਸੀ ਸਾਂਝ ਹੈਗੀ ਹੈ ਸਰਕਾਰੀ ਸਾਂਝ ਹੈਗੀ ਹੈ ਸਰਕਾਰੀ ਸਾਂਝ ਦੇ ਵਿਚਾਲੇ ਨਸ਼ਿਆਂ ਖਿਲਾਫ਼ ਕਾਮਯਾਬੀ ਕਿੰਨੀ ਮਿਲੇਗੀ ਇਹ ਪੈਨਲ ਨਕਾਰ ਰਿਹਾ ਹੈਗਾ ਪਰ ਕਾਂਗਰਸ ਦੇ ਬੁਲਾਰੇ ਜੇ ਇੱਥੇ ਹੁੰਦੇ ਤਾਂ ਉਹਨਾਂ ਤੋਂ ਸਮਝਦੇ ਅਸੀਂ ਉਹਨਾਂ ਦਾ ਪਲਾਨ ਹੈ ਕੀ ਹੈ ਬਹੁਤ ਧੰਨਵਾਦ